ਤੁਸੀਂ ਫਿਰ ਵੀ ਇੱਕਦਮ ਉਸ ਕਿੱਤੇ ਨੂੰ ਉਹ ਚੜ੍ਹਾਈ ਵਾਲੇ ਦੌਰ ਦੇ ਵਿੱਚ ਛੱਡ ਕੇ ਪਾਸੇ ਹੋ ਗਏ, ਔਖਾ ਨਹੀਂ ਲੱਗਿਆ? ਮੈਨੂੰ ਘਰੇ ਬੈਠੇ ਨੂੰ ਇਹ ਸਾਰਾ ਕੁਝ ਪਰ ਭਜਨ ਮਾਨ ਦੀ ਹੀਰੋਇਨ ਦੇ ਤੌਰ ਤੇ ਉੱਤੇ ਕਿੰਨੀ ਵਰਮਾ ਸਾਹਮਣੇ ਆਈ। ਹਾਂਜੀ ਹਾਂਜੀ, ਕਦੇ ਸੋਚਿਆ ਸੀ ਵੀ ਇਹ ਫਿਲਮ ਇਉਂ ਮਿਲੂਗੀ? ਮੈਨੂੰ ਪਹਿਲੀ ਗੱਲ ਤੱਕ ਪਤਾ ਨਹੀਂ ਸੀ ਕਿ ਫਿਲਮ ਇੰਨੀ ਚੱਲੂ, ਮਤਲਬ ਇੰਨਾ ਅੱਛਾ ਰਿਸਪਾਂਸ ਮਿਲੂਗਾ। ਤੁਸੀਂ ਕਿਹਾ ਮੇਲ ਨਹੀਂ ਆ, ਹੈ ਨਾ, ਤੇ ਜੇ ਉੱਥੇ ਕੋਈ ਮੇਲ ਨਹੀਂ ਹੋਊਗਾ ਤੇ ਉਹ ਥੋੜਾ ਜਿਹਾ ਕੌਨਫੀਡੈਂਸ ਕਿਤਨਾ ਕਿਤੇ ਥੋੜਾ ਥੜਕ ਜੂਗਾ, ਕਿਉਂਕਿ ਕੁੜੀਆਂ ਮੂਹਰੇ ਬੋਲਣਾ ਫਿਰ ਵੀ ਆਸਾਨ ਹੈ। ਆਪਾਂ ਦੇਸ਼ ਮੂਹਰੇ ਬੋਲਣਾ, ਏਦਾਂ ਥੋੜਾ ਜਿਹਾ ਸਿਰਫ ਜਨਾਨੀਆਂ ਦੇ ਤੀਆਂ ਕਰ ਲੈਣੀਆਂ ਬੈਠ ਕੇ। ਜਦ ਤੱਕ ਲੜਕੀ ਬੋਲੇਗੀ ਨਹੀਂ ਸਟੇਜ ਤੇ, ਉਹਨੂੰ ਕੌਨਫੀਡੈਂਟ ਨਹੀਂ ਫੀਲ ਕਰ ਸਕਦੀ। ਤੁਹਾਡੀਆਂ ਤਾਂ ਕਈ ਫਿਲਮਾਂ ਚੱਲੀਆਂ, ਲਫਾਫਿਆਂ ਵਾਲੇ ਕਿੰਨੇ ਸੀ? ਇਹ ਜੀ ਸੀਰੀਅਲ ਬੈਨ ਹੋ ਜਾਣੀ ਚਾਹੀਦੀ ਜਿੱਥੇ ਸੱਸਾਂ ਲੜੀ ਜਾਂਦੀਆਂ ਨੂੰਹਾਂ ਨਾਲ। ਉਹ ਜਿੱਤਾ ਮੈਂ ਥੋੜਾ ਕੰਮ, ਪਰ ਲੋਕਾਂ ਨੂੰ ਮੇਰਾ ਕੰਮ ਚਿੱਤ ਗਿਆ ਜੀ। ਥਰ 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 ਆ ਕੇ ਉਹਦੀ ਮੈਨੂੰ ਲੋੜ ਨਹੀਂ ਪਈ। ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮੇਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਚਾਹੀਦਾ ਵਿਚਾਰ ਲੈ ਕੇ ਅਸੀਂ ਹਾਜ਼ਰ ਹੋ ਗਏ ਹਾਂ। ਮੈਂ ਹਾਂ ਹਰਮਨ ਥਿੰਦ, ਹਰ ਰੋਜ਼ ਦੀ ਤਰ੍ਹਾਂ ਮੇਰੇ ਨਾਲ ਨੇ ਸਵਰਨ ਸਿੰਘ ਟੈਣਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਬਹੁਤ ਹੀ ਵਧੀਆ, ਚੜ੍ਹਦੀ ਕਲਾ ਜ਼ਿੰਦਾਬਾਦ। ਟੈਣਾ ਸਾਹਿਬ, ਵੈਸੇ ਨਾ ਹੁਣ ਥੋੜਾ ਜਿਹਾ ਅਧੂਰਾ ਅਧੂਰਾ ਲੱਗਦਾ, ਪਤਾ? ਪਹਿਲਾਂ ਆਪਾਂ ਕਿੰਨੀਆਂ ਗੱਲਾਂ ਕਰਦੇ ਹੁੰਦੇ ਸੀ, ਸਾਡੇ ਵਿਹੜੇ 'ਚ ਮਹਿਮਾਨ ਆਏ ਨੇ, ਅਸੀਂ ਦੱਸਣਾ ਨਹੀਂ ਕੌਣ ਆਏ ਨੇ, ਫਿਰ ਥੋੜੇ ਜਿਹਾ ਉਹਨਾਂ ਦੇ ਬਾਬਤ ਗੱਲਾਂ ਕਰਦੇ ਹੁੰਦੇ ਸੀ, ਉਸ ਤੋਂ ਬਾਅਦ ਜਾ ਕੇ ਪਰਦਾ ਜਿਹੜਾ ਚੁੱਕਿਆ ਜਾਂਦਾ ਸੀ ਵੀ ਸਾਡੇ ਵਿਹੜੇ 'ਚ ਕੌਣ ਆਇਆ, ਪਰ ਕੌਣ ਮਤਲਬ ਆਪਾਂ ਨਾਲ ਹੀ ਬੈਠੇ ਹਾਂ। ਦੇਖੋ ਗੱਲ ਇਹ ਆ ਵੀ ਜਦੋਂ ਅਸੀਂ ਇਸ ਵੇਲੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਆ ਜੀ, ਤੇ ਸੀਮਿਤ ਸਾਧਨ ਹੋਣ ਦੇ ਬਾਵਜੂਦ ਅਸੀਂ ਵੱਖ ਵੱਖ ਕਲਾਕਾਰਾਂ ਦੇ ਨਾਲ, ਵੱਖ ਵੱਖ ਸ਼ਖਸੀਅਤਾਂ ਦੇ ਨਾਲ ਮੁਲਾਕਾਤ ਕਰ ਰਹੇ ਚੱਜ ਦਾ ਵਿਚਾਰ ਦੇ ਵਿੱਚ ਜੀ। ਪਰ ਮੁਲਾਕਾਤ ਕਰਨੀ ਹੀ ਚਾਹੀਦੀ ਆ, ਮੁੱਲ ਇਸ ਗੱਲ ਦਾ ਜੇ ਹੁਣ ਤਿੰਨ ਚਾਰ ਕੈਮਰੇ ਹੋਣ ਤੇ ਨਾਲ ਤਿੰਨ ਚਾਰ ਕੈਮਰਾਮੈਨ ਸਾਥੀ ਵੀ ਹੋਣ, ਉਹ ਫਿਰ ਕੰਮ ਔਖਾ ਹੋ ਜਾਂਦਾ ਨਾ। ਪਰ ਇੱਥੇ ਜੋ ਹੈ ਜਿਵੇਂ ਹੈ ਉਵੇਂ ਕਰਨਾ ਚਾਹੀਦਾ, ਬਿਲਕੁਲ ਕਰਨਾ ਚਾਹੀਦਾ, ਆਪ ਜੀ ਦੇ ਸਹਿਯੋਗ ਨਾਲ ਹੋਈ ਜਾਂਦਾ ਸਭ ਕੁਛ। ਨਹੀਂ ਨਹੀਂ, ਇਹ ਤਾਂ ਸਾਰਿਆਂ ਦਾ ਸਹਿਯੋਗ ਹੈ ਜੀ, ਸੋ ਬਹੁਤੀਆਂ ਗੱਲਾਂ ਅਸੀਂ ਨਹੀਂ ਕਰਦੇ, ਤੁਸੀਂ ਵੇਖ ਹੀ ਚੁੱਕੇ ਹੋ ਕਿ ਅੱਜ ਸਾਡੇ ਵਿਹੜੇ ਦੇ ਵਿੱਚ ਕਿਹੜੇ ਮਹਿਮਾਨ ਆਏ ਨੇ, ਸੋ ਉਹਨਾਂ ਦੇ ਬਾਬਤ ਟਾਣਾ ਸਾਹਿਬ ਥੋੜਾ ਜਿਹਾ ਤੁਸੀਂ। ਬਿਲਕੁਲ ਜੀ, ਸਾਡੇ ਅੱਜ ਸਟੂਡੀਓ ਦੇ ਵਿੱਚ ਜਾਂ ਕਹਿ ਲਈਏ ਅਸੀਂ ਜਿਹਨਾਂ ਦੇ ਕੋਲ ਬੈਠੇ ਆ, ਉਹਨੇ ਕਿੰਨੀ ਵਰਮਾ ਜੀ, ਜਿਹਨਾਂ ਨੂੰ ਅਸੀਂ ਫਿਲਮਾਂ ਦੇ ਵਿੱਚ ਦੇਖਿਆ, ਜੀ ਆਇਆਂ ਨੂੰ ਦੇ ਵਿੱਚ ਵੇਖਿਆ ਜੀ, ਅਸਾਂ ਨੂੰ ਮਾਣ ਵਤਨਾਂ ਦਾ ਉਹਦੇ ਚ ਦੇਖਿਆ ਜੀ, ਅਸੀਂ ਨਸੀਬੋ ਚ ਦੇਖਿਆ, ਅਸੀਂ ਕਈ ਹੋਰ ਪੰਜਾਬੀ ਫਿਲਮਾਂ ਚ ਦੇਖਿਆ, ਉਹ ਅਚਾਨਕ ਛੁਪਣ ਛੋਤ ਕਿਉਂ ਹੋ ਗਏ, ਉਹ ਕਿੱਥੇ ਚਲੇ ਗਏ, ਗੁਆਚ ਕਿੱਥੇ ਗਏ, ਅਲੋਪ ਕਿਉਂ ਹੋ ਗਏ, ਅੱਜ ਕੱਲ ਉਹ ਕੀ ਕਰਦੇ ਨੇ, ਅੱਜ ਕੱਲ ਕੀ ਕਰਦੇ ਨੇ? ਵੈਸੇ ਮੈਨੂੰ ਉਹਨਾਂ ਦੀ ਚੁੰਨੀ ਬਹੁਤ ਪਸੰਦ ਆਈ ਹੈ, ਮੈਨੂੰ ਵੀ ਬੜੀ ਚੰਗੀ ਲੱਗੀ, 35 ਪੂਰੀ ਲਿਖੀ ਆ, ਆ ਦੇਖੋ ਜੀ, ਰਾ ਵਾ ਵਾ ਲੱਲਾ ਫਫਾ ਤੇ ਵਾ ਵਾ, ਇਧਰ ਵੱਖ ਵੱਖ ਜਿਹੜੇ ਨਾ ਉਹ 35 ਵਾਲੇ ਜਿਹੜੇ ਆ ਉਹ ਸਾਡੇ ਅੱਖਰ ਲਿਖੇ ਹੋਏ ਆ, ਮਾਂ ਬੋਲੀ ਪੰਜਾਬੀ ਜ਼ਿੰਦਾਬਾਦ। ਮੈਂ ਇੱਕ ਮੁੰਡਾ ਦੇਖਿਆ ਉਹਦੇ ਝੱਗੇ ਦੇ ਉੱਤੇ ਪੂਰੀ 35 ਬਣਾਈ, ਮੈਨੂੰ ਬੜਾ ਚੰਗਾ ਲੱਗਾ, ਚੁੰਨੀ ਬੜੀ ਚੰਗੀ ਲੱਗੀ। ਚੰਗਾ ਲੱਗਣਾ ਸੁਭਾਵਕ ਹੈ ਟਾਣਾ ਸਾਹਿਬ, ਪਰ ਆਪਾਂ ਇਹਨਾਂ ਦੇ ਨਾਲ ਬਹੁਤ ਸਾਰੀਆਂ ਗੱਲਾਂ, ਜਿਵੇਂ ਆਪਾਂ ਪਹਿਲਾਂ ਕਿਹਾ ਵੀ ਪੁੱਛਣਾ ਕਿੱਥੇ ਚਲੇ ਗਏ ਸੀ, ਉਹ ਸਾਰੀਆਂ ਗੱਲਾਂ ਕਰਨ ਦੇ ਲਈ ਪਹਿਲਾਂ ਸਵਾਗਤ ਕਰਦੇ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਤਿ ਸ਼੍ਰੀ ਅਕਾਲ ਤੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਠੀਕ ਠਾਕ ਹੋ? ਬਹੁਤ ਠੀਕ ਠਾਕ। ਠੀਕ ਠਾਕ ਹੋਣ ਦੇ ਬਾਵਜੂਦ ਕਿੱਥੇ ਚਲੇ ਗਏ ਸੀ? ਜਿੱਥੇ ਬਹੁਤ ਹੀ ਚੜ੍ਹਦੀ ਕਲਾ ਚੋਂ, ਠੀਕ ਠਾਕ ਬਿਲਕੁਲ, ਇੱਕਦਮ ਹੀ ਗਾਇਬ ਹੋ ਗਏ, ਇਸ ਤੋਂ ਤੁਹਾਨੂੰ ਲੱਭਦੇ ਰਹੇ, ਪਤਾ ਨਹੀਂ ਕਿੱਥੇ ਚਲੇ ਗਏ। ਹਰਮਨ ਜੀ, ਮੈਂ ਸੱਚੀ ਕਹਿੰਦੀ ਵੀ ਮੈਂ ਤਾਂ ਨਾ ਐਕਸੀਡੈਂਟਲ ਐਕਟਰੈਸ ਹੀ ਹਾਂ, ਬਾਈ ਚਾਂਸ ਹੀ ਮੈਨੂੰ ਮੂਵੀਜ਼ ਹੈ ਨਾ ਸੋਹਣੀਆਂ ਮਿਲੀਆਂ, ਔਰ ਆਪਾਂ ਦਿਲ ਲਾ ਕੇ ਕੰਮ ਕੀਤਾ ਔਰ ਉਹ ਲੋਕਾਂ ਨੂੰ ਬਹੁਤ ਪਸੰਦ ਆਈਆਂ ਮੂਵੀਜ਼ ਚੱਲੀਆਂ ਬਾਅਦ। ਪਰ ਮੇਰਾ ਕੋਈ ਆਇਆ ਨਹੀਂ ਸੀ ਕਿ ਮੈਂ ਐਕਟਰੈਸ ਬਣਨਾ ਅਤੇ ਮੈਂ ਉੱਧਰ ਨੂੰ ਕਮਿਟਡ ਰਹਾਂ, ਕੁਛ ਵੀ ਨਹੀਂ ਹੈ ਨਾ, ਮੈਂ ਅਮੈਰੀਕਾ ਹੀ ਰਹਿੰਦੀ ਹਾਂ ਬਹੁਤ ਸਾਲਾਂ ਤੋਂ, ਅਤੇ ਮੈਂ ਇੱਥੇ ਹੀ ਰਹਿ ਰਹੀ ਹਾਂ। ਪਰ ਉਹ ਕਿੰਨੀ ਵਰਮਾ ਹਾਂਜੀ, ਜਿਹਨੂੰ ਅਸੀਂ ਨਸੀਬੋ ਦੇ ਵਿੱਚ ਦੜੰਗੇ ਲਾਉਂਦੀ ਵੇਖਿਆ, ਜਿਹਨੂੰ ਅਸੀਂ ਸਾਨੂੰ ਮਾਣ ਵਤਨਾਂ ਦੇ ਵਿੱਚ ਵੇਖਿਆ, ਇੱਕ ਐਕਟਿਵਾ ਵਾਲੀ ਕੁੜੀ ਦੇ ਤੌਰ ਦੇ ਉੱਤੇ ਵੀ ਜਾਣਦੇ ਰਹੇ ਹਾਂ, ਐਕਟਿਵਾ ਵਾਲੀ ਉਹ, ਹਾਂ ਉਹ ਬਿਲਕੁਲ, ਉਹ ਕਿੰਨੀ ਵਰਮਾ ਜਦੋਂ ਅਚਾਨਕ ਫਿਲਮਾਂ ਦੇ ਵਿੱਚ ਆਉਂਦੀ ਹੈ, ਉਹ ਸਬੱਬ ਕਿਵੇਂ ਬਣਦਾ?
मैं सच्ची कहनी हां भी मेनू ना ए भी ना परमात्मा दी मेहर ही है कि इन्ने सोहने सोहने सबब बने कि मैं मेरे डैडी दे दोस्त ने बलदेव दिल साहब जेडे कि राइटर ने चन परदेसी दे हना नेशनल अवार्ड विनर ने ते ओ जदों नसीबो बनाउंदे सीगे तां उन्हां ने फिर पापा नूं पुछिया भी थोनू ठीक लगू जे थोड़ी बेटी किम्मी जे नसीबो दा रोल करे मैनू तां पता पापा कहिंदे किम्मी मैं दसवीं च पढ़ती सी उदो ते फिर मनमोहन सिंह जी डायरेक्टर उस मूवी दे हना किन्ने किन्ना उच्चा नाम है ना ते मतलब मैनू घरे बैठी नूं इह सारे सारा कुछ मिलिया ते फिर अपन नसीबो दा रोल कीता मैनू पता भी नहीं सी मैं की कर रही हां मूवी च मैनू लग्गिया कि मूवी असल च राज बब्बर साहब ते प्रीति सप्रू होना दी है मैं विच बब्बर साहब दी भैण दा रोल कर रही हां मैनू कुछ नहीं पता सी उह बाद च जदों सारा हो रहा सी फिर पता लग्गिया भी मूवी सारी मेरे ते ही है नसीबो सारी मेरे ते ही है नसीबो मेरा ही नाम सो सबब ही है सारे ते फिर जदों जिया इहनां दी गल आई है ना ते मन जी दे दिमाग च फिर मैं सी जस्सी दे रोल लई और ओह रोल ने लोकां नूं बहुत रवाया जी बिल्कुल सही सो दस उन्होंने मैंने कहा तो मन जी नैचुरली जो उन्होंने तो थोड़ा फोन आता है कि जी कि आह रोल हैगा तो तुम की कहने कहने हाँ जी जरूर ऐदा ही हो फिर सानू मन लगता तो हूँ दौर मतलब चेते नहीं आता भी ਕਿੱਥੇ ਉਹ ਵਾਲਾ ਦੌਰ ਕਿ ਜਦੋਂ ਫਿਲਮਾਂ ਦੇ ਸ਼ੂਟਸ ਹੈ ਨਾ ਕਿਤੇ ਟਾਈਮ ਨਹੀਂ ਹੈਗਾ ਘਰਦਿਆਂ ਲਈ ਸਮਾਂ ਨਹੀਂ ਆਪਣੇ ਆਪ ਲਈ ਸਮਾਂ ਨਹੀਂ ਫਿਰ ਉਸ ਤੋਂ ਬਾਅਦ ਹੌਲੀ 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 ਜਿਹੜੇ ਕਿੱਤੇ ਦੇ ਵਿੱਚ ਤੁਸੀਂ ਹੁੰਦੇ ਹੋ ਉਹ ਕਿੱਤੇ ਦੀ ਇੰਨੀ ਆਦਤ ਪੈ ਜਾਂਦੀ ਹੈ ਕਿ ਤੁਹਾਡਾ ਉਹਦੇ ਬਿਨਾਂ ਰਹਿਣਾ ਔਖਾ ਹੋ ਜਾਂਦਾ ਪਰ ਤੁਸੀਂ ਫਿਰ ਵੀ ਇੱਕਦਮ ਉਸ ਕਿੱਤੇ ਨੂੰ ਉਹ ਚੜਾਈ ਵਾਲੇ ਦੌਰ ਦੇ ਵਿੱਚ ਛੱਡ ਕੇ ਪਾਸੇ ਹੋ ਗਏ ਔਖਾ ਨਹੀਂ ਲੱਗਿਆ ਨਹੀਂ ਏਦਾਂ ਬਿਲਕੁਲ ਔਖਾ ਨਹੀਂ ਲੱਗਿਆ ਕਿ ਮੈਨੂੰ ਲੱਗਦਾ ਕਿ ਇੱਕ ਤਾਂ ਇਹ ਗੱਲ ਹੈ ਜਿਹੜਾ ਆਰਟਿਸਟ ਹੁੰਦਾ ਉਹ ਹਮੇਸ਼ਾ ਆਰਟਿਸਟ ਰਹਿੰਦਾ ਉਹ ਜਦੋਂ ਮਰਜ਼ੀ ਹੈ ਨਾ ਏਦਾਂ ਨਹੀਂ ਹੁੰਦਾ ਕਿ ਤੁਸੀਂ ਹੁਣ ਤੁਸੀਂ ਹੋਸਟ ਆਈਏ ਫਿਰ ਤੁਸੀਂ ਨਹੀਂ ਰਹੋ ਇਟਸ ਲਾਈਕ ਉਹ ਆਪਣੇ ਅੰਦਰ ਹੁੰਦੀ ਹੈ ਚੀਜ਼ ਉਹ ਰਹਿੰਦੀ ਹੋਈ ਹੈ ਅਤੇ ਬਾਕੀ ਹੁੰਦਾ ਵਾ ਕਿ ਜ਼ਿੰਦਗੀ 'ਚ ਨਾ ਹੋਰ ਬਥੇਰੀਆਂ ਚੀਜ਼ਾਂ ਹੁੰਦੀਆਂ ਨੇ ਔਰ ਉਸ ਵੇਲੇ ਮੇਰੀ ਐਜੂਕੇਸ਼ਨ ਇੰਪੋਰਟੈਂਟ ਸੀਗੀ ਮੈਂ ਇੱਥੇ ਪੜ੍ਹਦੀ ਸੀ ਮੈਂ ਸਟੈਨਫੋਰਡ ਯੂਨੀਵਰਸਿਟੀ 'ਚ ਨਿਊਟ੍ਰੀਸ਼ਨ ਸਾਇੰਸ ਪੜ੍ਹਦੀ ਸੀ ਅਤੇ ਐਮ ਬੀ ਏ ਕਰ ਰਹੀ ਤਾਂ ਫਿਰ ਉਹ ਸਾਰੇ 'ਚ ਮੈਂ ਜ਼ਿਆਦਾ ਉੱਧਰ ਧਿਆਨ ਦਿੰਦੀ ਰਹੀ ਅਗੇਨ ਐਕਸੀਡੈਂਟਲ ਐਕਟ੍ਰੈਸ ਠੀਕ ਹੈ ਮਿਲੀ ਆ ਕਰ ਲਈ ਆ ਬਹੁਤ ਚੱਲ ਗਈ ਆ ਪਰ ਜਦੋਂ ਆਟੋਗ੍ਰਾਫ ਦਾ ਦੌਰ ਸ਼ੁਰੂ ਹੁੰਦਾ ਹਾਂਜੀ ਜਦੋਂ ਫੋਟੋਆਂ ਦਾ ਦੌਰ ਸ਼ੁਰੂ ਹੁੰਦਾ ਹਾਂਜੀ ਜਦੋਂ ਫਿਰ ਐਕਸ਼ਨ ਕੈਮਰਾ ਆ ਦੌਰ ਸ਼ੁਰੂ ਹੁੰਦਾ ਲਾਈਟਸ ਇਹ ਦੌਰ ਸ਼ੁਰੂ ਹੁੰਦਾ ਜਦੋਂ ਫਿਰ ਵੈਨਿਟੀ ਵੈਨ ਦੇ ਵਿੱਚ ਤਿਆਰੀਆਂ ਦਾ ਦੌਰ ਸ਼ੁਰੂ ਹੁੰਦਾ ਜਦੋਂ ਕੀ ਕਹਿੰਦੇ ਹੁੰਦੇ ਆ ਵੀ ਉਹ ਫਿਲਮ ਦੀ ਕਹਾਣੀ ਸੁਣਾਉਣੀ ਹਾਂਜੀ ਸਕ੍ਰਿਪਟ ਜਦੋਂ ਸੁਣਾਈ ਜਾਂਦੀ ਆ ਉਹ ਦੌਰ ਜਿਹੜਾ ਚੱਲਦਾ ਉਹ ਤਾਂ ਫਿਰ ਦੌਰ ਵੱਡੇ ਵੱਡਿਆਂ ਨੂੰ ਕਹਿ ਦਿੰਦਾ ਵੀ ਨਹੀਂ ਇਹੀ ਕੰਮ ਕਰਨਾ ਨਾਲੇ ਵੈਸੇ ਵੀ ਤੁਹਾਡਾ ਕਿੱਤਾ ਤਾਂ ਉਹ ਕਿੱਤਾ ਹੈ ਜੇ ਇਸ ਕਿੱਤੇ ਨੂੰ ਅਪਣਾਉਣਾ ਕਈਆਂ ਦਾ ਸੁਪਨਾ ਕਈ ਲੋਕ ਚਾਹੁੰਦੇ ਨੇ ਇਸ ਕਿੱਤੇ ਦੇ ਵਿੱਚ ਆਉਣਾ ਹਨਾ ਵੀ ਅੱਜ ਤਾਂ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਜ਼ਿਆਦਾਤਰ ਲੋਕਾਂ ਨੂੰ ਜੇ ਤੁਸੀਂ ਪੁੱਛੋ ਬੱਚਿਆਂ ਨੂੰ ਪੁੱਛੋ ਤਾਂ ਉਹ ਇਸ ਕਿੱਤੇ ਨੂੰ ਅਪਣਾਉਣਾ ਚਾਹੁੰਦੇ ਨੇ ਹਨਾ ਤੇ ਉਹ ਦੌਰ ਤਾਂ ਉਦੋਂ ਤਾਂ ਵੱਖਰਾ ਹੀ ਸਵਾਦ ਹੁੰਦਾ ਬਿਲਕੁਲ ਬਹੁਤ ਵੱਖਰਾ ਸਵਾਦ ਸੀਗਾ ਜੇ ਹੁਣ ਤਾਂ ਬਹੁਤ ਜ਼ਿਆਦਾ ਐਕਟਰਸ ਨੇ ਉਹ ਤਾਂ ਹੁੰਦੇ ਵੀ ਬਹੁਤ ਘੱਟ ਸੀਗੇ ਤੇ ਬਿਲਕੁਲ ਬਹੁਤ ਅੱਛਾ ਲੱਗਦਾ ਡੈਡੀ ਕਹਿੰਦੀ ਵੀ ਨਹੀਂ ਅੱਛਾ ਲੱਗਦਾ 23 ਸਾਲ ਪਹਿਲਾਂ ਜਦੋਂ ਜੀ ਆਇਆਂ ਨੂੰ ਫਿਲਮ ਦੇ ਵਿੱਚ ਕੰਮ ਕੀਤਾ 23 ਸਾਲ ਹੋ ਗਏ ਆ ਕੱਲ ਕੀ ਗੱਲ ਲੱਗਦੀ ਹੈ ਸਹੀ ਗੱਲ ਹੈ ਭਜਨ ਮਾਨ ਦੀ ਹੀਰੋਇਨ ਦੇ ਤੌਰ ਦੇ ਉੱਤੇ ਕਿੰਨੀ ਵਰਮਾ ਸਾਹਮਣੇ ਆਈ ਹਾਂਜੀ ਹਾਂਜੀ ਤੇ ਕਦੇ ਸੋਚਿਆ ਸੀ ਵੀ ਇਹ ਫਿਲਮ ਇਉਂ ਮਿਲੂਗੀ ਕਦੇ ਸੋਚਿਆ ਸੀ ਵੀ ਇਹ ਫਿਲਮ ਇੰਨੀ ਮਕਬੂਲ ਹੋ ਜੂ ਵੀ ਬਾਕੀ ਫਿਲਮਾਂ ਵਾਲੇ ਵੀ ਕਹਿਣਗੇ ਵੀ ਕਿੰਨੀ ਸਾਡੇ ਵਾਲੇ ਪਾਸੇ ਵੀ ਆ ਕੇ ਇੱਕ ਕਿਰਦਾਰ ਨਿਭਾ ਇੱਧਰ ਵੀ ਹੀਰੋਇਨ ਬਣ ਮੈਨੂੰ ਪਹਿਲੀ ਗੱਲ ਤੱਕ ਪਤਾ ਨਹੀਂ ਸੀ ਕਿ ਫਿਲਮ ਇੰਨੀ ਚੱਲੂ ਮਤਲਬ ਇੰਨਾ ਅੱਛਾ ਰਿਸਪਾਂਸ ਮਿਲੂਗਾ ਬਾਕੀ ਹੈ ਨਾ ਫਿਲਮਾਂ ਚੱਲਦੀਆਂ ਨੇ ਪਬਲਿਕ ਕਰਕੇ ਮੈਨੂੰ ਨਹੀਂ ਪਤਾ ਸੀ ਕਿ ਆਪਣੇ ਪੰਜਾਬੀ ਇੰਨਾ ਜ਼ਿਆਦਾ ਸਾਥ ਦੇਣਗੇ ਇੰਨੀ ਸੋਹਣੀ ਫਿਲਮ ਚੱਲੂਗੀ ਔਰ ਉਹਦੇ ਵਿੱਚ ਜਿਹੜਾ ਮੇਰਾ ਰੋਲ ਸੀਗਾ ਉਹ ਕੁੜੀ ਦਾ ਰੋਲ ਸੀ ਜਿਹਦੇ ਨਾਲ ਮਾੜੀ ਹੁੰਦੀ ਹੈ ਉਹਦਾ ਦਿਲ ਟੁੱਟ ਜਾਂਦਾ ਫਿਰ ਉਹਦਾ ਹਸਬੈਂਡ ਨਾਲ ਵਿਆਹ ਹੋ ਜਾਂਦਾ ਕੈਨੇਡਾ ਹਸਬੈਂਡ ਨੂੰ ਕੁੱਟਦਾ ਵਾ ਤਾਂ ਬੜਾ ਮਤਲਬ ਇਮੋਸ਼ਨਲ ਰੋਲ ਸੀਗਾ ਅਤੇ ਉਹ ਲੋਕਾਂ ਨੂੰ ਬਹੁਤ ਉਹਨਾਂ ਦੇ ਮੈਨੂੰ ਲੱਗਦਾ ਕਿ ਮੈਨੂੰ ਹਮੇਸ਼ਾ ਉਹੋ ਜਿਹੇ ਰੋਲ ਮਿਲਦੇ ਹੁੰਦੇ ਜਿੱਥੇ ਕੁੜੀਆਂ ਉਹਦੇ ਨਾਲ ਜੁੜ ਸਕਣ ਤਾਂ ਉਹ ਅੱਛਾ ਲੱਗਿਆ ਕਿ ਔਰ ਵਧੀਆ ਨਿਭਾਇਆ ਗਿਆ ਪਰ ਇਹ ਵੀ ਜ਼ਰੂਰ ਸੀਗਾ ਆਫਕੋਰਸ ਔਫਰਸ ਵੀ ਆਈਆਂ ਬਹੁਤ ਆਈਆਂ ਬਟ ਮੇਰਾ ਅਗੈਨ ਹੈ ਨਾ ਮੈਂ ਸੋਚਿਆ ਨਹੀਂ ਸੀ ਮੈਂ ਫਿਲਮਾਂ ਕਰ ਲਿਆ ਸਾਰੀਆਂ ਕਰ ਲਿਆ ਨਹੀਂ ਕਦੀ ਵੀ ਨਹੀਂ ਸੋਚਿਆ ਆਈ ਨੋ ਬਹੁਤ ਅਜੀਬ ਲੱਗਦਾ ਹੋਣਾ ਹੈ ਨਾ ਤੁਹਾਨੂੰ ਵੀ ਐਂ ਕਿਉਂ ਨਹੀਂ ਸੋਚਿਆ ਪਤਾ ਨਹੀਂ ਕਿਉਂ ਨਹੀਂ ਸੋਚਿਆ ਨਹੀਂ ਮੈਂ ਨਹੀਂ ਸੋਚਿਆ ਹੁਣ ਅਫਸੋਸ ਹੁੰਦਾ ਵੀ ਨਹੀਂ ਸੋਚਿਆ ਨਹੀਂ 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 ਬਿਲਕੁਲ ਵੀ ਨਹੀਂ ਜਦੋਂ ਨੇਰੀ ਲਿਆਈ ਜਾਂਦੇ ਫਿਲਮਾਂ ਦੀ ਉਹ ਤੋੜੀ ਤਿੱਠਾ ਠਾ ਠਾ ਆਈ ਜਾਂਦੇਗਾ ਨਹੀਂ ਮੈਨੂੰ ਇਹ ਬਹੁਤ ਅੱਛਾ ਲੱਗਦਾ ਹਰਮਨ ਜੀ ਕਿ ਬਈ ਜਿੱਤਾ ਮੈਂ ਥੋੜਾ ਕੰਮ ਪਰ ਲੋਕਾਂ ਨੂੰ ਮੇਰਾ ਕੰਮ ਚੇਤੇ ਹੈ ਜੀ ਥਰ 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 ਆ ਕੇ ਉਹਦੀ ਮੈਨੂੰ ਲੋੜ ਨਹੀਂ ਪਈ ਜੀ ਹਰਮਨ ਜੀ ਇਸ ਤੋਂ ਪਹਿਲਾਂ ਨਾ ਜਦੋਂ ਆਪਾਂ ਚਾਹ ਦਾ ਪਹਿਲਾ ਸਾਂਝਾ ਕਰਦੇ ਸੀ
ਤੇ ਕਿਮੀ ਜੀ ਕਹਿੰਦੇ ਮੈਂ ਕੁੱਲ ਫਿਲਮਾਂ 9 ਹੀ ਕੀਤੀਆਂ ਹਾਂਜੀ 9 ਦੇ ਵਿੱਚੋਂ 4 ਹੀ ਐਸੀਆਂ ਜਿਹਨਾਂ ਨੂੰ ਮੈਂ ਫਿਲਮਾਂ ਮੰਨਦੀ ਹਾਂ ਹਾਂ ਪਰ ਉਹ 4 ਹੀ ਦਰਸ਼ਕਾਂ ਦੇ ਚੇਤੇ ਕਿਵੇਂ ਗੱਲ ਗਈ ਬਿਲਕੁਲ ਸਹੀ ਬਿਲਕੁਲ ਸਹੀ ਟੈੜਾ ਸਾਹਿਬ ਐਕਟਿਵਾ ਵਾਲਿਆਂ ਨੇ ਐਵੇਂ ਥੋੜੀ ਚਿੱਠੀ ਲਿਖਤੀ ਸੀ ਵਿਕਰੀ ਵਧਾ ਛੱਡੀ ਉਹਨਾਂ ਨੇ ਬਿਲਕੁਲ ਤੁਹਾਨੂੰ ਚਿੱਠੀ ਆਈ ਸੀ ਬਿਲਕੁਲ ਆਈ ਸੀ ਉਹਨਾਂ ਨੇ ਕੀ ਉਹਦੇ 'ਚ ਲਿਖਿਆ ਕੀ ਸੀਗਾ ਕਿ ਜੀ ਤੁਹਾਡੀ ਪਾਲੀ ਦੇ ਰੋਲ ਤੋਂ ਬਾਅਦ ਸਾਨੂੰ ਮਾਰਨ ਤੋਂ ਬਾਅਦ ਸੇਲ ਬਹੁਤ ਵੱਧ ਗਈ ਐਕਟਿਵਾ ਦੀ ਕਿਉਂਕਿ ਕੁੜੀਆਂ ਔਰ ਮੈਨੂੰ ਨਾ ਹੁਣੇ ਇੱਕ ਹੋਰ ਰੇਡੀਓ ਸਟੇਸ਼ਨ ਤੇ ਸੀਗੀ ਮੈਂ ਉੱਥੇ ਕੁੜੀ ਕਹਿੰਦੀ ਕਿ ਤੁਹਾਡੀ ਉਹ ਐਕਟਿਵਾ ਦੇਖ ਕੇ ਮੈਂ ਘਰਦਿਆਂ ਨਾਲ ਰੌਲਾ ਪਾਉਣਾ ਮੈਂ ਲੈਣੀ ਹੀ ਲੈਣੀ ਹੈ ਆਹੀ ਲੈਣੀ ਹੈ ਐਕਟਿਵਾ ਲੈਣੀ ਹੈ ਸਭ ਇਸ ਤੇ ਫਿਰ ਉਹ ਚਿੱਠੀ ਦੇ ਵਿੱਚ ਥੈਂਕਫੁਲ ਟੂ ਯੂ ਲਿਖਿਆ ਸੀ ਹਾਂਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਉਹਨਾਂ ਨੇ ਧੰਨਵਾਦ ਕੀਤਾ ਤੁਹਾਡਾ ਤੁਹਾਡੀ ਹੁਣ ਵੀ ਜੇਕਰ ਉਹ ਮੰਨਦੇ ਹੋਣ ਪਹਿਲੀ ਗੱਲ ਤਾਂ ਮੰਨਦੇ ਹੀ ਹੋਣੇ ਆ ਆਪਾਂ ਇਹਨਾਂ ਨੂੰ ਇੱਕ ਐਕਟਿਵਾ ਲੈ ਕੇ ਦੇ ਦਈਏ ਜ਼ਰੂਰ 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 ਠੀਕ ਹੈ ਨਾ ਸਾਹਿਬ ਸਾਹਿਬ ਬਰਾਬਰ ਨਹੀਂ ਪਰ ਤੁਹਾਨੂੰ ਤਾਂ ਵੱਡੀ ਗੱਡੀ ਚਲਾਉਣੀ ਚਾਹੀਦੀ ਹੈ ਐਕਟਿਵਾ ਤਾਂ ਨਹੀਂ ਹਾਲੇ ਅਸੀਂ ਐਕਟਿਵਾ ਤੇ ਹੀ ਆ ਹਾਂ ਪਰ ਆਪਾਂ ਇਹਨੂੰ ਲੈ ਕੇ ਦੇਣੀ ਹੈ ਉਹ ਕੰਪਨੀ ਨੂੰ ਕਹਿਣਾ ਸਾਨੂੰ ਭਾਵੇਂ ਥੋੜਾ ਬਹੁਤਾ ਰਿਆਇਤ ਕਰ ਦੇਣ ਉਹ ਹਾਂ ਨਹੀਂ ਫ੍ਰੀਜ਼ ਦੇਣਗੇ ਹੱਦ ਹੋ ਗਈ ਵਾਹ ਵਾਹ ਐਕਟਿਵਾ ਨੂੰ ਦੇਣਗੇ ਹੈ ਗੱਲ ਬਾਤ ਨਹੀਂ ਤੁਸੀਂ ਕਦੇ ਕੋਈ BMW ਦੀ ਮਤਲਬ ਕੋਈ ਕਰ ਬਾਰ ਨਹੀਂ ਸੋਚਿਆ ਵੀ ਕਿਸੇ ਫਿਲਮ ਦੇ ਵਿੱਚ BMW ਦੇ ਵਿੱਚੋਂ ਜਿਸ ਤੇ ਪਾਲੀ ਉਤਰੇ ਅੱਗੇ ਵਧੀਆ 10 ਐਕਟਿਵਾ ਤੇ ਠੀਕ ਹੈ ਤਾਂ ਮੈਂ ਕਿਹਾ ਜੇ ਮੌਕਾ ਮਿਲਿਆ ਤਾਂ ਵੱਡੀ ਗੱਲ ਕਰ ਲਈ ਆਪਾਂ ਵੀ ਕਿਤੇ ਮਤਲਬ ਸੋਚਿਆ ਹੋਇਆ ਸੀ ਉਸ ਨੂੰ ਮੈਂ BMW ਚਾਹੂੰਗੀ ਫਿਰ ਉਹ ਤੁਹਾਨੂੰ ਚਿੱਠੀ ਲਿਖਣ ਕਿ ਤੁਹਾਡੇ ਕਰਕੇ ਬਹੁਤ ਵਿਕਰੀ ਵੱਧ ਗਈ ਕੁਝ ਏਦਾਂ ਦਾ ਵਿਚਾਰ ਨਹੀਂ ਆਇਆ ਕਦੇ ਹੁਣ ਮੈਂ ਸੋਚ ਰਹੀ ਹਾਂ ਇੱਧਰ ਨੂੰ ਪਲੈਨਿੰਗ ਕਰਾਂ ਹੀ ਕਰਾਂ ਫਿਰ ਆਪਾਂ BMW ਤੇ ਕਿਉਂ ਖੜਨਾ ਆਪਾਂ ਮਸਟਾ ਆਪਾਂ ਬਹੁਤ ਵੱਡੀ ਗੱਡੀ ਪੋਰਸ਼ਾ ਵਗੈਰਾ ਕੁਝ ਹੋਰ ਲੈਣੇ ਨਹੀਂ ਉਹ ਫਿਰ ਸਾਡੇ ਤੋਂ ਨਹੀਂ ਸਾਂਭ ਹੋਣੀ ਨਾ ਕਿਉਂਕਿ ਅਸੀਂ ਇੰਡੀਆ 'ਚ ਰਹਿੰਦੇ ਹਾਂ ਸਾਡਾ ਬੂਹਾ ਛੋਟਾ ਸਾਡਾ ਤਾਂ ਬੂਹਾ ਅਲਟੋ ਵਾਲਾ ਹੀ ਹੈ ਸਾਡੀਆਂ ਕਈ ਸਮੱਸਿਆਵਾਂ ਨੇ ਸੀ ਬਾਤ ਕਰੀ ਉਹ ਬਾਤ ਚਲੋ ਬਹੁਤ ਵਧੀਆ ਗੱਲ ਹੈ ਦੇਖੋ ਸਾਡੇ ਪੰਜਾਬੀ ਜਿਹੜੇ ਕਲਾਕਾਰ ਨੇ ਉਹਨਾਂ ਨੇ ਵੱਖ ਵੱਖ ਜਿਹੜੀਆਂ ਚੀਜ਼ਾਂ ਬ੍ਰਾਂਡ ਇਹ ਬੜੇ ਮਸ਼ਹੂਰ ਕੀਤੇ ਤੁਹਾਡੇ ਕਰਕੇ ਐਕਟਿਵਾ ਦੀ ਮਸ਼ਹੂਰੀ ਹੋਈ ਗਵਾਈਆਂ ਦੇ ਇੱਕ ਹਿੱਸੇ ਦੇ ਕਰਕੇ ਬੁਲਟ ਦੀ ਮਸ਼ਹੂਰੀ ਹੋਈ ਕਿਸੇ ਨੇ ਕੋਈ ਜੁੱਤੀ ਮਸ਼ਹੂਰ ਕਰਤੀ ਕਿਸੇ ਨੇ ਝੱਗਾ ਮਸ਼ਹੂਰ ਕਰਤਾ ਕਿਸੇ ਨੇ ਐਨਕ ਮਸ਼ਹੂਰ ਕਰਤੀ ਏਦਾਂ ਸਮੇਂ ਸਮੇਂ ਤੇ ਹੁੰਦਾ ਆਇਆ ਤੁਸੀਂ ਦੋ ਫਿਲਮਾਂ ਹੀ ਕੀਤੀਆਂ ਹਰਭਜਨ ਮਾਨ ਬਾਈ ਦੇ ਨਾਲ ਹਾਂਜੀ ਨਹੀਂ ਤਿੰਨ ਤਿੰਨ ਇੱਕ ਮੇਰਾ ਪਿੰਡ ਮੇਰਾ ਪਿੰਡ ਤਿੰਨ ਫਿਲਮਾਂ ਕੀਤੀਆਂ ਫਿਰ ਉਹ ਤਿੰਨੇ ਹੀ ਕਾਮਯਾਬ ਰਹੀਆਂ ਕਮਾਲ ਦੀ ਗੱਲ ਇਹ ਹੈ ਵੀ ਤਿੰਨੇ ਹੀ ਹਰਭਜਨ ਮਾਨ ਦੀਆਂ ਫਿਲਮਾਂ ਇਹ ਸਿਰਮੌਰ ਆ ਬਿਲਕੁਲ ਜੀ ਤਿੰਨਾਂ ਦੇ ਵਿੱਚ ਪੰਜਾਬੀਅਤ ਦਾ ਰੰਗ ਹਾਂਜੀ ਤਿੰਨਾਂ ਦੇ ਵਿੱਚ ਪ੍ਰਵਾਸ ਦੀ ਗੱਲ ਵੀ ਹੈ ਬਿਲਕੁਲ ਤਿੰਨਾਂ ਦੇ ਵਿੱਚ ਹਰ ਥਾਂ ਦੇ ਉੱਤੇ ਗਏ ਪੰਜਾਬੀਆਂ ਦੀ ਕਮਾਲ ਐਬਸੋਲੂਟ ਹਾਂਜੀ ਚੌਥੀ ਵੀ ਇਹੋ ਜਿਹਾ ਕਰਨ ਨੂੰ ਚਿੱਤ ਕਰਦਾ ਕਿ ਨਹੀਂ ਹੁਣ ਜਲਦੀ ਨਾ ਕਨਵਿੰਸ ਕਰਨ ਦੇ ਲਈ ਵੀ ਸੰਪਰਕ ਕੀਤਾ ਜਾਏਗਾ ਤੁਸੀਂ ਮਨਾਉਣਾ ਮੇਰੇ ਕਿਤੇ ਵੱਧ ਜਾਣ ਨਾ ਗੱਲ ਹੀ ਖਤਮ ਇਸ ਖੇਤਰ ਦੇ ਵਿਚ ਪਰ ਵੈਸੇ ਤੁਸੀਂ ਕੀ ਸੋਚਦੇ ਸੀ ਕੀ ਬਣਨਾ ਕੀ ਚਾਹੁੰਦੇ ਸੀ ਜ਼ਿੰਦਗੀ ਵਿਚ ਮੈਂ ਵੈਸੇ IAS ਆਫਿਸਰ ਬਣਨਾ ਚਾਹੁੰਦੀ ਸੀ ਤੇ ਮੈਂ ਪੂਰੇ ਉਹਦੇ ਨਾ ਉਹ ਇੱਕ ਇੰਡੀਆ 'ਚ ਕਿਤਾਬਾਂ ਨੇ ਰੈਪੀਟੈਕਸ ਕੀ ਹੁੰਦੀ ਹੈ ਉਹ IAS ਦੇ ਨਾ ਇੱਕ ਬੁੱਕਸ ਆਉਂਦੀਆਂ ਨੇ ਮੈਂ ਉਹ ਸਾਰੀਆਂ ਪੜ੍ਹੀਆਂ ਸਾਰੀਆਂ ਪੜ੍ਹ ਕੇ ਪੂਰੀ ਤਿਆਰੀ ਕਰਦੀ ਸੀ ਤੇ ਪੇਪਰ ਦਿੱਤਾ ਪੇਪਰ ਨਹੀਂ ਦਿੱਤਾ ਕਿਉਂ ਪੇਪਰ ਨਹੀਂ ਦਿੱਤਾ ਕਿਉਂਕਿ ਉਨੀ ਦੇਰ 'ਚ ਨਾ ਫਿਰ ਅਸੀਂ ਬੰਬੇ ਚਲੇ ਗਏ ਉੱਥੇ ਫਿਰ MBA ਕਰਨ ਦਾ ਧਿਆਨ ਆ ਗਿਆ ਫਿਰ ਕੁਛ ਹੋਰ ਕਹਿ ਲਓ ਕਿ ਸਾਈਡ ਲਾਈਨ ਫਿਰ ਮੂਵੀਜ਼ ਵਗੈਰਾ ਕਰ ਲਈਆਂ ਫਿਰ ਮਾਡਲਿੰਗ ਕਰ ਲਈ ਬਹੁਤ ਜ਼ਿਆਦਾ ਮੈਂ 300 ਤੋਂ ਵੱਧ ਕਮਰਸ਼ੀਅਲ ਟੀਵੀ ਕਮਰਸ਼ੀਅਲ ਵਗੈਰਾ ਕੀਤੇ ਤੇ ਫਿਰ ਕਹਿ ਲਓ ਮੇਰਾ ਦੂਜੇ ਪਾਸੇ ਚਲਾ ਗਿਆ ਪੂਰਾ ਆਪਾਂ ਤਾਂ ਜਿਵੇਂ ਸੋਚਦੇ ਉਹ ਵੀ ਨਹੀਂ ਹੁੰਦਾ ਕਿਸਮਤ ਤੁਹਾਨੂੰ ਅਲੱਗ ਤਰ੍ਹਾਂ ਦੇ ਬੂਹੇ ਖੋਲਦੀ ਹੈ ਤਾਂ ਮੇਰੇ ਲਈ ਆਹ ਬੂਹੇ ਖੁੱਲ੍ਹੇ ਫਿਰ ਆਪਾਂ ਮੇਰੇ ਖਿਆਲ ਉੱਧਰ ਨੂੰ ਚਲੀ ਪਰ ਡ੍ਰੀਮ ਕੀ ਸੀ IAS ਆਫਿਸਰ ਤੇ ਨਾਲ ਇੱਕ ਗੱਲ ਹੋਰ ਦੱਸਦਾ ਕਿੰਨੀ ਜੀ ਆ ਜਿਹੜੇ ਉਹ ਭਾਰ ਘਟਾਉਣ ਤੇ ਵਧਾਉਣ ਦੀਆਂ ਤਰਕੀਬਾਂ ਵੀ ਜਾਣਦੇ ਆ ਉਹਨਾਂ ਦੱਸਿਆ ਤਾਂ ਹੈ ਵੀ ਨਿਊਟ੍ਰੀਸ਼ਨ ਸਾਇੰਸ ਤਾਂ ਸਰ ਇਹ ਉਹੀ ਸੀ ਗੱਲ ਉਹਦੇ ਚ ਆ ਗਈ ਸਾਰੀ ਗੱਲ ਉਹਦੇ ਚ ਕੀ ਖਾਣਾ ਤੇ ਕੀ ਨਹੀਂ ਖਾਣਾ ਤੇ ਮੈਂ ਪਹਿਲੀ ਸੱਟੇ ਪੁੱਛਿਆ ਮੈਂ ਕਿਹਾ ਬਲੈਕ ਕਾਫੀ ਦੇ ਫਾਇਦੇ ਕਿੰਨੇ ਕਹਿੰਦੇ ਟੂ ਮੱਚ ਹਾਂ ਤੇ ਪਰ ਉਹਨਾਂ ਨੇ ਇਹ ਵੀ ਕਿਹਾ ਵੀ ਦਿਨ ਦੇ ਵਿੱਚ ਸਰ 2 ਤੋਂ 3 ਕਾਫੀ ਪੀਣੀ ਚਾਹੀਦੀ ਹੈ ਦੈਟਸ ਇਟ ਦੈਟਸ ਜ਼ਿਆਦੇ ਦੀ ਉਹਨਾਂ ਨੇ ਇਹ ਨਹੀਂ ਕਿਹਾ ਵੀ ਤੜਕੇ ਪਤੀਲਾ ਧਰ ਲਓ ਤੇ ਜਿੰਨੇ ਕੱਪ ਵਿੱਚੋਂ ਨਿਕਲ ਆਉਣ ਉਨੇ ਪੀ ਲਓ ਐਦਾਂ ਬਿਲਕੁਲ ਨਹੀਂ ਹੈ 2 ਤੋਂ 3 ਕੱਪ ਬਸ ਹਾਂਜੀ ਟੈਣਾ ਸਾਹਿਬ ਤੁਸੀਂ ਬਹੁਤ ਵੱਡੀਆਂ ਮੱਲਾਂ ਮਾਰੀਆਂ ਨੇ ਵੇਟ ਲੂਜ਼ ਕਰਕੇ ਐਂਡ ਦੈਟਸ ਇਟ ਜ਼ਿਆਦੇ ਕਾਫੀ ਨਹੀਂ ਪੀ ਬਹੁਤ ਮਿਹਰਬਾਨੀ 3 ਕੱਪ ਬਹੁਤ ਬਹੁਤ ਜੀ ਤੇ ਹੁਣ ਅੱਜ ਕੱਲ ਜੋ ਕਿੰਮੀ ਜੀ ਕਰ ਰਹੇ ਨੇ ਆਪਾਂ ਉਹਦੇ ਬਾਬਤ ਵੀ ਗੱਲ ਕਰ ਲਈਏ ਕਹਿਣਾ ਸਰ
ਮੈਂ ਸੁਣਿਆ ਕਿ ਕੋਈ ਤੁਸੀਂ ਨਵਾਂ ਇੱਕ ਉਪਰਾਲਾ ਕਰਨ ਜਾ ਰਹੇ ਹੋ, ਜਿਸ ਉਪਰਾਲੇ ਦੇ ਵਿੱਚ ਕੁੜੀਆਂ ਨੂੰ ਵਾਵਾ ਅੱਗੇ ਆਉਣ ਦਾ ਮੌਕਾ ਮਿਲੂਗਾ, ਔਰ ਇਹ ਤੁਸੀਂ ਅਸਲ ਦੇ ਵਿੱਚ ਕੁੜੀਆਂ ਨੂੰ ਅੱਗੇ ਲੈ ਕੇ ਆਉਣ ਦੇ ਲਈ ਹੀ ਇਹ ਉਪਰਾਲਾ ਉਲੀਕੇ? ਬਿਲਕੁਲ ਜੀ, ਮੈਨੂੰ ਐਂ ਲੱਗਦਾ ਹੁੰਦਾ ਵੀ ਆਪਣੇ ਲਈ ਤਾਂ ਆਪਾਂ ਸਾਰੇ ਕਰੀ ਜਾਂਦੇ ਹਾਂ, ਹਨਾ, ਸਾਰੇ ਕਰਦੇ ਹਾਂ, ਦਿਨ ਚ ਕਈ ਵਾਰੀ ਕਰਦੇ ਹੀ ਰਹਿੰਦੇ ਹਾਂ, ਤਾਂ ਇਹ ਜ਼ਰੂਰੀ ਹੈਗਾ ਕਿ ਕਿਉਂਕਿ ਐਜ਼ ਆਰਟਿਸਟ ਨਾ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਦੂਜਿਆਂ ਨੂੰ ਵੀ ਪਲੈਟਫਾਰਮ ਦਈਏ, ਦੂਜਿਆਂ ਲਈ ਬੂਹੇ ਖੋਲੀਏ। ਤੇ ਮੈਂ ਪਲੈਟਫਾਰਮ ਇਖਤਿਆਰ ਕੀਤਾ ਹੈਗਾ ਇੰਪਾਵਰਮੈਂਟ ਪੈਜੈਂਟ, ਉੱਥੇ ਅਸੀਂ ਆਪਣੀਆਂ ਭੈਣਾਂ ਨੂੰ, ਕੁੜੀਆਂ ਨੂੰ ਇਨਵਾਈਟ ਕਰਦੇ ਹਾਂ ਕਿ ਉਹ ਇਹ 'ਚ ਹਿੱਸਾ ਲੈਣ, ਤਾਂ ਕਿ ਉਹਨਾਂ ਨੂੰ ਹੋਰ ਜ਼ਿਆਦਾ ਕੌਨਫੀਡੈਂਟ ਹੋਣ। ਉਹ ਇਹ ਬਹੁਤ ਵੱਡੀ ਚੀਜ਼ ਹੈ ਕਿ ਵੀ ਐਜੂਕੇਟਡ ਤਾਂ ਬਹੁਤ ਨੇ, ਆਪਣੀਆਂ ਕੁੜੀਆਂ ਬਹੁਤ ਪੜ੍ਹਾਈ 'ਚ ਨਾ ਹੁਸ਼ਿਆਰ ਨੇ, ਆਪਾਂ ਜਾਣਦੇ ਹਾਂ, ਪੜ੍ਹਾਈ ਉਹਨਾਂ ਨੂੰ ਖੰਭ ਦਿੰਦੀ ਹੈ, ਪਰ ਕੌਨਫੀਡੈਂਸ ਉਹਨਾਂ ਦੇ ਖੰਭ ਪੱਕੇ ਕਰ ਦਿੰਦਾ। ਤਾਂ ਮੈਂ ਚਾਹੁੰਦੀ ਹਾਂ ਕਿ ਮੈਂ ਜਿੰਨਾ ਕੁ ਉਪਰਾਲਾ ਆਪਦੇ ਵੱਲੋਂ ਕਰ ਸਕਦੀ ਹਾਂ ਉਹ ਮੈਂ ਜ਼ਰੂਰ ਕਰਾਂ ਜੀ। ਪਰ ਆਮ ਤੌਰ ਤੇ ਜਿਹੜੇ ਵੀ ਮੁਕਾਬਲੇ ਹੁੰਦੇ ਨੇ ਉਹਦੇ ਕੁਝ ਨਿਯਮ, ਕੁਝ ਸ਼ਰਤਾਂ ਹੁੰਦੀਆਂ ਨੇ ਕਿ ਏਦਾਂ ਨੀ ਏਦਾਂ ਹੋਣਾ ਚਾਹੀਦਾ, ਤੁਹਾਨੂੰ ਐਵੇਂ ਬੋਲਣਾ ਆਉਣਾ ਚਾਹੀਦਾ, ਐਵੇਂ ਤੁਰਨਾ ਆਉਣਾ ਚਾਹੀਦਾ ਤੁਹਾਨੂੰ, ਤੁਹਾਡਾ ਮਤਲਬ ਭਾਰ ਬਹੁਤ ਘੱਟ ਹੋਵੇ, ਹਾਂ, ਉਸ ਤੋਂ ਇਲਾਵਾ ਤੁਹਾਡੀ ਜਿਹੜੀ ਜਰਨਲ ਨੌਲੇਜ ਹੈ ਉਹ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ, ਪੈਨ ਦੀ ਸੱਟੇ ਤੁਸੀਂ ਜਵਾਬ ਦੇਣ ਵਾਲੇ ਹੋਣੇ ਚਾਹੀਦੇ ਹੋ, ਹਨਾ, ਬਹੁਤ ਸਾਰੀਆਂ ਸ਼ਰਤਾਂ ਹੁੰਦੀਆਂ ਨੇ। ਸਾਡੇ ਇਸ ਮੁਕਾਬਲੇ ਦੇ ਵਿੱਚ ਵੀ ਕੋਈ ਸ਼ਰਤਾਂ ਹੈ ਕਿ ਨਹੀਂ? ਸਾਡੇ ਮੁਕਾਬਲੇ 'ਚ ਇਹੋ ਜਿਹੇ ਕੋਈ ਸ਼ਰਤਾਂ ਨਹੀਂ ਹੈ, ਸਾਡੇ ਮੁਕਾਬਲੇ 'ਚ ਕੋਈ ਤੁਹਾਡਾ ਭਾਰ ਕਿੰਨਾ ਹੋਵੇ, ਕੱਦ ਕਿੰਨਾ ਹੋਵੇ, ਇਹ ਕੋਈ ਸ਼ਰਤ ਨਹੀਂ ਹੈ, ਤੁਸੀਂ ਬਿਲਕੁਲ ਬਿਲਕੁਲ ਮੋਸਟ ਵੈਲਕਮ ਹੋ। ਤੇ ਦੂਜਾ ਜਿਹੜਾ ਹੈਗਾ ਕਿ ਤੁਹਾਨੂੰ ਆ ਆਉਣਾ ਚਾਹੀਦਾ, ਉਹ ਆਉਣਾ ਚਾਹੀਦਾ, ਨਹੀਂ, ਅਸੀਂ ਤੁਹਾਨੂੰ ਟ੍ਰੇਨਿੰਗ ਦਿੰਦੇ ਹਾਂ, ਕਿਉਂਕਿ ਹਮੇਸ਼ਾ ਸ਼ੁਰੂ ਤੋਂ ਥੋੜ੍ਹਾ ਆਉਂਦਾ ਹੁੰਦਾ ਵਾ, ਅਤੇ ਜੇ ਕੋਈ ਸਿਖਾਊਗਾ ਨਹੀਂ ਫਿਰ ਕਿਵੇਂ ਆਊਗਾ? ਤਾਂ ਅਸੀਂ ਆਪਣੀਆਂ ਜਿਹੜੀਆਂ ਕੁੜੀਆਂ ਭੈਣਾਂ ਜਿਹੜੀਆਂ ਪਾਰਟੀਸਿਪੇਟ ਕਰਦੇ, ਅਸੀਂ ਉਹਨਾਂ ਦੀ ਟ੍ਰੇਨਿੰਗ ਕਰਦੇ ਹਾਂ, ਤਾਂ ਉਹਨਾਂ ਨੂੰ ਅਸੀਂ ਇਹ ਸਾਰਾ ਕੁਝ ਸਿਖਾਉਂਦੇ ਹਾਂ। ਔਰ ਮੇਰਾ ਹੁੰਦਾ ਹਮੇਸ਼ਾ ਕਿ ਸਾਡੇ ਨਾ ਪੈਜੈਂਟ ਦੇ ਵਿੱਚ ਕੋਈ ਇਲੀਮੀਨੇਸ਼ਨ ਰਾਊਂਡ ਨਹੀਂ ਹੁੰਦਾ, ਐਂ ਨਹੀਂ ਹੁੰਦਾ ਵੀ ਪਹਿਲੇ ਰਾਊਂਡ 'ਚ ਨਾ 30 ਕੁੜੀਆਂ ਆਈਆਂ, ਅਗਲੇ 'ਚ 15 ਰਹਿ ਗਈਆਂ, ਨਹੀਂ, ਮੇਰੇ ਪੈਜੈਂਟ ਦੇ ਵਿੱਚ ਸਾਰੀਆਂ ਕੁੜੀਆਂ ਹੀ ਸੈਕਿੰਡ ਰਾਊਂਡ ਤੱਕ ਜਾਣਗੀਆਂ, ਅਤੇ ਸਾਰੀਆਂ ਕੁੜੀਆਂ ਕੁਐਸਚਨ ਆਨਸਰ ਰਾਊਂਡ ਤੱਕ ਜਾਣਗੀਆਂ, ਕਿਉਂਕਿ ਜਦ ਤੱਕ ਲੜਕੀ ਬੋਲੇਗੀ ਨਹੀਂ ਸਟੇਜ 'ਤੇ, ਉਹਨੂੰ ਕੌਨਫੀਡੈਂਟ ਨਹੀਂ ਫੀਲ ਕਰ ਸਕਦੀ। ਤਾਂ ਮੈਨੂੰ ਹੁੰਦਾ ਕਿ, ਔਰ ਆਪਾਂ ਕਹਿੰਦੇ ਹਾਂ ਵੀ ਕਿੰਨਾ ਆਪਾਂ ਸੁਣਦੇ ਹਾਂ ਆਪਣੀਆਂ ਮਦਰਸ ਤੋਂ, ਆਪਣੀਆਂ ਨਾਨੀਆਂ ਦਾਦੀਆਂ ਤੋਂ, ਅਸੀਂ ਤਾਂ ਕੁਛ ਬੋਲ ਨਹੀਂ ਸਕਦੇ ਸੀ, ਸਾਨੂੰ ਤਾਂ ਅਲਾਊਡ ਨਹੀਂ ਸੀ, ਕਹਿ ਨਹੀਂ ਸਕਦੇ ਸੀਗੇ। ਅਤੇ ਮੈਂ ਚਾਹੁੰਦੀ ਹਾਂ ਵੀ ਇੱਦਾਂ ਨਹੀਂ ਹੋਣਾ ਚਾਹੀਦਾ, ਇੱਕ ਔਰਤ ਨੂੰ ਜੋ ਚਾਹੁੰਦੀ ਹੈ ਉਹ ਬੋਲ ਸਕੇ, ਜੋ ਕਰਨਾ ਚਾਹੁੰਦੀ ਹੈ ਉਹ ਕਰ ਸਕੇ, ਉਹ ਇੰਪਾਵਰਮੈਂਟ। ਜੀ ਬਿਲਕੁਲ ਸਹੀ ਕਿਹਾ ਤੁਸੀਂ। ਪਰ ਨਾ ਇਹਦੇ ਨਾਲ ਹੀ ਤਾਂ ਦੂਸਰਾ ਪੱਖ ਕਿਵੇਂ ਜੀ ਮੈਨੂੰ ਲੱਗਦਾ ਇਹ ਵੀ ਹੈ, ਕਿਉਂਕਿ ਕਿਤੇ ਨਾ ਕਿਤੇ ਇਸ ਖੇਤਰ ਨੂੰ ਲੈ ਕੇ, ਚਾਹੇ ਆਪਾਂ ਐਕਟਿੰਗ ਦਾ ਖੇਤਰ ਕਹਿ ਲਈਏ, ਚਾਹੇ ਆਪਾਂ ਮਾਡਲਿੰਗ ਦਾ ਖੇਤਰ ਕਹਿ ਲਈਏ, ਇਹੋ ਜਿਹੇ ਮੁਕਾਬਲਿਆਂ ਦਾ ਖੇਤਰ ਉਹਦੀ ਗੱਲ ਕਰੀਏ, ਇਹਨਾਂ ਨੂੰ ਲੈ ਕੇ ਲੋਕਾਂ ਦੀਆਂ ਧਾਰਨਾਵਾਂ ਥੋੜੀਆਂ ਜਿਹੀਆਂ ਵੱਖਰੀਆਂ ਵੀ ਨੇ ਕੁਝ ਕੁ ਲੋਕਾਂ ਦੀਆਂ, ਕਿਉਂਕਿ ਖਬਰਾਂ ਦੇ ਰਾਹੀਂ ਬਹੁਤ ਕੁਝ ਇਹੋ ਜਿਹਾ ਸਾਹਮਣੇ ਆਇਆ ਜਿਹੜਾ ਜਿਹਨੇ ਲੋਕਾਂ ਦੀ ਸੋਚ ਨੂੰ ਥੋੜਾ ਜਿਹਾ ਬਦਲ ਦਿੱਤਾ, ਹਨਾ, ਸੁੰਦਰਤਾ ਮੁਕਾਬਲੇ ਓਨੇ ਸੁੰਦਰ ਨਹੀਂ ਪਰਦੇ ਪਿੱਛੇ, ਜੀ ਵੀ ਪਰਦੇ ਪਿੱਛੇ ਦੀ ਸੱਚਾਈ ਕੁਝ ਹੋਰ ਹੈ, ਇਹ ਆਮ ਤੌਰ ਤੇ ਲੋਕਾਂ ਦੀ ਧਾਰਨਾ ਬਣੀ ਹੋਈ ਹੈ। ਸੋ ਜਿਹੜਾ ਇਹ ਤੁਸੀਂ ਮੁਕਾਬਲਾ ਕਰਾ ਰਹੇ ਹੋ, ਕਿੰਨਾ ਕੁ ਖੁੱਲ ਕੇ ਕੁੜੀਆਂ ਅੱਗੇ ਆ ਰਹੀਆਂ ਨੇ, ਜਾਂ ਕਿੰਨਾ ਕੁ ਤੁਹਾਡੇ ਨਾਲ ਆ ਕੇ ਆਪਣੇ ਘਰ ਦੀਆਂ ਇਹੋ ਜਿਹੀਆਂ ਕਹਾਣੀਆਂ ਸਾਂਝੀਆਂ ਕਰਦੀਆਂ ਨੇ ਵੀ ਘਰੋਂ ਇੰਨੀ ਰੋਕ ਟੋਕ ਹੈ, ਉਹ ਨਹੀਂ ਚਾਹੁੰਦੇ ਕਿ ਇਹਨਾਂ ਮੁਕਾਬਲਿਆਂ ਦੇ ਵਿੱਚ ਹਿੱਸਾ ਲਿਆ ਜਾਏ? ਬਹੁਤ ਖੁੱਲ ਕੇ ਅੱਗੇ ਆਉਂਦੀਆਂ ਨੇ, ਔਰ ਕਈ ਹੈਗੀਆਂ ਨੇ ਜਿਹੜੀਆਂ ਕਹਿੰਦੇ ਨੇ ਕਿ ਰੋਕ ਟੋਕ ਹੈਗੀ ਹੈ, ਪਰ ਫਿਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਮੈਂ ਕਰਿਆ, ਸਾਡੇ ਪੈਜੈਂਟ ਦੇ ਵਿੱਚ ਕੋਈ ਇਹ ਫੀਮੇਲ ਓਨਡ ਪੈਜੈਂਟ ਹੈ, ਮੈਂ ਇਹਦੀ ਓਨਰ ਹਾਂ, ਬਾਕੀ ਮੇਰੇ ਜਿਹੜੇ ਕਮੇਟੀ ਵਿੱਚ ਹੈਗੇ ਉਹ ਸਾਰੀਆਂ ਲੜਕੀਆਂ ਹੀ ਨੇ, ਤਾਂ ਸਾਡੇ ਕੋਈ ਵੀ ਮੇਲ ਨਹੀਂ ਜਿਹੜਾ ਕਿ ਕਿਸੇ ਕਮੇਟੀ ਤੇ ਜਾਂ ਕਿਸੇ ਤੇ ਹੋਵੇ, ਕੁਛ ਵੀ ਨਹੀਂ ਹੈ, ਤਾਂ ਉਹਦੇ ਕਰਕੇ ਉਹਨਾਂ ਨੂੰ ਫਿਰ ਕੌਨਫੀਡੈਂਟ ਫੀਲ ਹੁੰਦਾ। ਔਰ ਫਿਰ ਮੇਰਾ ਜਿੰਨਾ ਮੈਂ ਕੰਮ ਕੀਤਾ ਅੱਜ ਕੱਲ੍ਹ ਅੱਜ ਤੱਕ, ਉਹ ਇਹੋ ਜਿਹਾ ਕੰਮ ਹੈ ਕਿ ਤੁਸੀਂ ਫੈਮਲੀ ਨਾਲ ਬਹਿ ਕੇ ਦੇਖ ਸਕਦੇ ਹੋ। ਪਰ ਤੁਹਾਨੂੰ ਇਹ ਨਹੀਂ ਲੱਗਦਾ ਕਿ ਜੇਕਰ ਉਹਦੇ ਵਿੱਚ ਜਿਵੇਂ ਤੁਸੀਂ ਕਿਹਾ ਮੇਲ ਨਹੀਂ ਆ, ਹਨਾ, ਤੇ ਜੇ ਉੱਥੇ ਕੋਈ ਮੇਲ ਨਹੀਂ ਹੋਊਗਾ ਤੇ ਉਹ ਥੋੜਾ ਜਿਹਾ ਕੌਨਫੀਡੈਂਸ ਕਿਤਨਾ ਕਿਤੇ ਥੋੜਾ ਥਿੜਕ ਜੂਗਾ, ਕਿਉਂਕਿ ਕੁੜੀਆਂ ਮੋਹਰੇ ਬੋਲਣਾ ਫਿਰ ਵੀ ਆਸਾਨ ਹੈ। ਨਹੀਂ ਨਹੀਂ, ਆਡੀਅੰਸ ਵਿੱਚ ਤਾਂ ਮੇਲ ਹੋਣਗੇ ਜੀ, ਇਹ ਮੈਂ ਖਿਆਲ ਆਰਗੇਨਾਈਜ਼ਿੰਗ ਕਮੇਟੀ ਜਿਹੜਾ ਅਸੀਂ ਆਰਗੇਨਾਈਜ਼ ਕਰਦੇ ਹਾਂ ਉਹਦੇ ਵਿੱਚ ਕੋਈ ਮੇਲ ਨਹੀਂ ਹੈ, ਆਡੀਅੰਸ ਦੇ ਵਿੱਚ ਮੇਲ ਹੋਣਗੇ, ਜੱਜਸ ਦੇ ਵਿੱਚ ਵੀ ਮੇਲ ਹੋਣਗੇ, ਕਿਉਂਕਿ ਜ਼ਿੰਦਗੀ 'ਚ ਕੁੜੀਆਂ ਨੇ ਬੰਦਿਆਂ ਮੂਹਰੇ ਬੋਲਣਾ ਬਹੁਤ ਜ਼ਰੂਰੀ, ਬਿਲਕੁਲ ਸਹੀ, ਹੈ ਨਾ, ਪੂਰੇ ਆਪਾਂ ਦੇਸ਼ ਮੂਹਰੇ ਬੋਲਣਾ, ਏਦਾਂ ਥੋੜਾ ਜਿਹਾ ਸਿਰਫ ਜਨਾਨੀਆਂ ਨੇ ਤੀਆਂ ਕਰ ਲੈਣੀਆਂ ਬੈਠ ਕੇ। ਇਟਸ ਨਾਟ ਦੈਟ ਜੀ। ਤੇ ਇਹਦਾ ਨਾਂ ਹੈਗਾ ਜੀ, ਤੁਸੀਂ ਦੱਸਿਆ ਸੀਗਾ ਮਿਸਿਸ ਤੇ ਮਿਸ ਅਮਰੀਕਾ ਦੇ ਵਿੱਚ ਇਹਨਾਂ ਨੇ ਇਹ ਮੁਕਾਬਲਾ ਰਚਾਇਆ, ਬਿਲਕੁਲ ਸਹੀ। ਅੱਛਾ ਵੈਸੇ ਇਹੀ ਜਿਹੜੀ ਮੈਂ ਗੱਲ ਤੁਹਾਨੂੰ ਹੁਣੇ ਪੁੱਛੀ, ਇਹਨੂੰ ਜੇ ਆਪਾਂ ਐਕਟਿੰਗ ਦੇ ਖੇਤਰ ਨਾਲ ਵੀ ਜੋੜ ਕੇ ਵੇਖੀਏ, ਕਿਤੇ ਨਾ ਕਿਤੇ ਅਫਵਾਹਾਂ, ਕਿਤੇ ਨਾ ਕਿਤੇ ਕੁਝ ਕੁ ਗੱਲਾਂ, ਕਿਤੇ ਨਾ ਕਿਤੇ ਕੁਝ ਕੁ ਸੱਚੀਆਂ ਕਹਾਣੀਆਂ ਵੀ ਸਾਹਮਣੇ ਆਉਂਦੀਆਂ ਨੇ ਇਸ ਖੇਤਰ ਨੂੰ ਲੈ ਕੇ, ਕਿ ਕੁੜੀਆਂ ਦੇ ਲਈ ਇਹ ਥਾਂ ਬਹੁਤ ਹੀ ਸੁਰੱਖਿਅਤ ਨਹੀਂ,
ਕੀ ਇਹ ਗੱਲ ਸੱਚੀ ਹੈ? ਮੈਂ ਨਾ ਸੱਚੀ ਕਹਿੰਦੀ ਹਾਂ, ਮੈਂ ਕਦੇ ਕੁਛ ਇਹੋ ਜਿਹਾ ਫੇਸ ਹੀ ਨਹੀਂ ਕੀਤਾ। ਮੈਂ ਸੁਣਦੀ ਹਾਂ ਗੱਲਾਂ, ਹੈ ਨਾ, ਕਦੇ ਕਦੇ ਜਿਵੇਂ ਆਪਾਂ ਸਾਰੇ ਸੁਣਦੇ ਹਾਂ, ਪਰ ਨਹੀਂ, ਮੈਂ ਕਦੇ ਮੇਰੇ ਸਾਹਮਣੇ ਮੈਂ ਕੁਛ ਨਹੀਂ ਕਹਿ ਸਕਦੀ ਕਿ ਮੈਨੂੰ ਕਿਸੇ ਨੇ ਆਏ ਕਿਹਾ, ਉਹ ਕਿਹਾ, ਕਦੀ ਵੀ ਕੁਛ ਵੀ ਨਹੀਂ। ਦੂਜਾ ਮੈਨੂੰ ਇਹ ਵੀ ਲੱਗਦਾ ਕਿ ਜਿੱਦਾਂ ਤੁਸੀਂ ਆਪ 'ਤੇ ਆਪ ਨੂੰ ਕੈਰੀ ਕਰਦੇ ਹੋ, ਜਿਵੇਂ ਤੁਹਾਡਾ ਡਿਮੀਨਰ ਹੁੰਦਾ, ਹੈ ਨਾ, ਮਤਲਬ ਤੁਹਾਡੇ ਤੋਂ ਵੀ ਕਾਫੀ ਜਿਹੜੇ ਵੀ ਲੋਕ ਤੁਹਾਨੂੰ ਕੰਟੈਕਟ ਕਰਦੇ ਉਹਨਾਂ ਨੂੰ ਪਤਾ ਲੱਗਦਾ ਵੀ ਨਹੀਂ, ਇਹਨਾਂ ਨਾਲ ਕੋਈ ਪੁੱਠੀਆਂ ਸਿੱਧੀਆਂ ਗੱਲਾਂ ਨਹੀਂ। ਨਾਲੇ ਇਹ ਜ਼ਰੂਰੀ ਹੈ ਕਿ ਤੁਸੀਂ ਅੱਛੇ ਲੋਕਾਂ ਨਾਲ ਹੀ ਕੰਮ ਕਰੋ, ਵਧੀਆ ਟੀਮ ਨਾਲ ਹੀ ਕੰਮ ਕਰੋ। ਹੁਣ ਸਹੀ ਹੋਣੀ ਚਾਹੀਦੀ ਹੈ। ਹੁਣ ਮਨਮੋਹਨ ਸਿੰਘ ਜੀ ਦੀ ਟੀਮ, ਆਈ ਮੀਨ, ਕੀ ਜਵਾਬ ਹੋ ਸਕਦਾ? ਕੁਛ ਵੀ, ਹੈ ਨਾ। ਤੇ ਮੈਨੂੰ ਤਾਂ ਵਾਕਈ, ਮੈਂ ਕਦੇ ਨਹੀਂ ਕਹਿ ਸਕਦੀ ਕਿ ਕਦੇ ਇੱਕ ਵੀ ਕੁਛ ਵੀ ਪਲ ਆਇਆ ਕਿ ਮੈਨੂੰ ਲੱਗਿਆ ਵੀ ਇਹ ਠੀਕ ਨਹੀਂ ਚੀਜ਼, ਨਹੀਂ, ਕਦੇ ਵੀ ਨਹੀਂ ਆਇਆ। ਔਰ ਮੈਂ ਚਾਹੁੰਦੀ ਹਾਂ ਕਿ ਕੁੜੀਆਂ ਆਪ ਬੜਾ ਇੰਟੈਲੀਜੈਂਟਲੀ ਡਿਸੀਜਨ ਲਿਆ ਕਰਨ। ਜੇ ਉਹ ਇਹ ਹੈਗਾ, ਜੇ ਕੋਈ ਤੁਹਾਨੂੰ ਆਫਰ ਕਰਦਾ ਵੀ ਜੇ ਤੁਸੀਂ ਐਂ ਕਰੋ, ਅਸੀਂ ਤੁਹਾਨੂੰ ਆਹ ਰੋਲ ਦੇ ਦਾਂਗੇ, ਉਹ ਰੋਲ ਦੇ ਦਾਂਗੇ, ਨਹੀਂ, ਰੋਲ ਤੁਹਾਡੇ ਟੈਲੈਂਟ ਤੇ ਹੀ ਮਿਲੂਗਾ, ਇਹ ਪੁੱਠੇ ਸਿੱਧੀਆਂ ਗੱਲਾਂ ਤੇ ਨਹੀਂ ਮਿਲੂਗਾ। ਬਿਲਕੁਲ। ਜਦੋਂ ਕਿਸੇ ਦੀ ਇੱਕ ਫਿਲਮ ਚੱਲ ਜੇ, ਹਾਂਜੀ, ਤੇ ਉਦੋਂ ਕਈ ਲੋਕ ਲਿਫਾਫੇ ਦੇ ਵਿੱਚ ਪੈਸੇ ਭਰ ਕੇ ਤੇ ਤੁਰੇ ਫਿਰਦੇ ਹੁੰਦੇ ਵੀ ਇੱਕ ਸਾਡੀ ਵੀ ਕਰ, ਇੱਕ ਸਾਡੀ ਵੀ ਕਰ। ਤੁਹਾਡੀਆਂ ਤਾਂ ਕਈ ਫਿਲਮਾਂ ਚੱਲੀਆਂ, ਲਿਫਾਫਿਆਂ ਵਾਲੇ ਕਿੰਨੇ ਸੀ? ਬਥੇਰੇ ਸੀ, ਹਾਂ, ਬਥੇਰੇ ਸੀ। ਤੇ ਲਿਫਾਫੇ ਦੇਖ ਕੇ ਮਨ ਨਹੀਂ ਡੋਲਿਆ ਵੀ ਵਧੀਆ, ਲੋਕ ਕਮਾਈ ਹੀ ਕਰਨਾ ਚਾਹੁੰਦੇ ਨੇ, ਕਮਾਉਣਾ ਚਾਹੁੰਦੇ ਨੇ ਆਪਣੀ ਮਿਹਨਤ ਦੇ ਨਾਲ, ਹੈ ਨਾ, ਤੇ ਤੁਹਾਨੂੰ ਤਾਂ ਮੌਕਾ ਮਿਲ ਰਿਹਾ ਸੀ। ਨਹੀਂ, ਇਹੀ ਗੱਲ ਹੈ ਕਿ ਆਪਾਂ ਪੈਸਿਆਂ ਲਈ ਕੰਮ ਕਦੀ ਨਹੀਂ ਕੀਤਾ, ਕਦੀ ਵੀ ਨਹੀਂ ਕੀਤਾ। ਆਪਾਂ ਕੰਮ ਕੀਤਾ ਆਪਦੀ ਸੈਟਿਸਫੈਕਸ਼ਨ ਲਈ, ਔਰ ਹਮੇਸ਼ਾ ਉਦਾਂ ਦਾ ਕੰਮ ਜਿਹਦੇ ਨਾਲ ਲੋਕਾਂ ਨੂੰ ਕੁਛ ਵਧੀਆ ਦੇਖਣ ਨੂੰ ਮਿਲੇ ਔਰ ਕੁਛ ਵਧੀਆ ਇੰਸਪੀਰੇਸ਼ਨ ਮਿਲੇ, ਨਹੀਂ ਤਾਂ ਫਿਰ ਕੀ ਫਾਇਦਾ ਕੰਮ ਕਰੋ? 23 ਵਰੇ ਪਹਿਲਾਂ ਜਦੋਂ ਤੁਸੀਂ ਫਿਲਮ ਕੀਤੀ, ਹਾਂਜੀ, ਉਦੋਂ ਵੀ ਪੰਜਾਬੀ ਫਿਲਮਾਂ ਦੇ ਵਿੱਚ ਕੁੜੀਆਂ ਦੀ ਘਾਟ ਸੀ ਮੁੰਡਿਆਂ ਦੇ ਮੁਕਾਬਲਤਨ। ਹਾਂਜੀ। ਤੇ ਭਾਵੇਂ ਅੱਜ ਕੁੜੀਆਂ ਦੀ ਗਿਣਤੀ ਕਾਫੀ ਹੈ, ਪਰ ਮੁੰਡਿਆਂ ਦੇ ਮੁਕਾਬਲਤਨ ਅੱਜ ਵੀ ਘੱਟ ਆ। ਬਿਲਕੁਲ। ਕੀ ਮੰਨਦੇ ਹੋ ਵੀ ਹੌਲੀ ਹੌਲੀ ਧਾਰਨਾ ਬਦਲ ਰਹੀ ਹੈ? ਇਹ ਬਦਲਣੀ ਬਹੁਤ ਔਖੀ ਹੈ। ਮੈਂ ਨਹੀਂ ਸੋਚਦੀ ਕਿ ਇਸ ਲਾਈਫ ਟਾਈਮ 'ਚ ਆਪਾਂ ਇਹਨੂੰ ਬਦਲਦੇ ਦੇਖਾਂਗੇ ਜੀ। ਉਹ ਤਾਂ ਓਵਰਆਲ ਜਿਵੇਂ ਆਪਾਂ ਹੁਣ ਕਿਸੇ ਕੰਪਨੀ ਦੀ ਵੀ ਗੱਲ ਕਰਦੇ ਹਾਂ, ਬੰਦੇ ਜ਼ਿਆਦਾ ਹੁੰਦੇ ਨੇ, ਕੁੜੀਆਂ ਘੱਟ ਹੁੰਦੀਆਂ ਨੇ ਹਰ ਜਗ੍ਹਾ 'ਤੇ, ਤਾਂ ਉਹੀ ਫਿਰ ਇੰਡਸਟਰੀ 'ਚ ਹੈਗਾ, ਸਾਰੇ ਕਿਤੇ, ਤਾਂ ਇਹ ਆਪਾਂ ਨਹੀਂ ਇੱਥੇ ਡਿਪੈਂਡ ਕਰ ਸਕਦੇ। ਕੋਈ ਸੰਵਾਦ ਕੀਤੇ ਆ ਕੋਈ ਜਿਹੜਾ ਆਪਦੀਆਂ ਫਿਲਮਾਂ ਦਾ ਕੋਈ ਹਰਭਜਨ ਮਾਨ ਦੇ ਨਾਲ ਬੋਲਿਆ ਹੋਇਆ ਕੋਈ ਸੰਵਾਦ? ਕੋਈ ਜੱਸੀ ਵਾਲਾ ਕੋਈ ਚਾਹ ਛੇਤੀ ਲਿਆ ਇਹਨਾਂ ਨੂੰ ਜਾਣ ਆਫਕੋਰਸ ਉਹ ਭੂਆ ਰੱਦੀ ਚਾਹ ਨੇ ਤਾਂ ਬਹੁਤ ਜ਼ਿਆਦਾ ਆਪਣੀਆਂ ਫਿਲਮਾਂ ਦੇ ਵਿੱਚੋਂ ਨੌਵਾਂ ਦੇ ਵਿੱਚੋਂ ਜੇ ਪੰਜ ਹੀ ਨਿਕਲ ਮੇਰਾ ਕਸੂਰ ਨਹੀਂ, ਸੱਤ ਕੀਤੀਆਂ। ਉਹ ਫਿਲਮਾਂ ਤੋਂ ਬਾਅਦ ਚਿੱਤ ਜੇ ਤਾਂ ਕਰਦਾ ਹੋਊਗਾ ਵੀ ਇੱਕ ਅੱਠਵੀਂ ਵੀ ਕਰੀਏ, ਕੀ ਹੈਗਾ ਟਾਣਾ ਜੀ, ਐਂ ਹੈਗਾ ਵੀ ਜੇ ਕੋਈ ਵਧੀਆ ਪ੍ਰੋਜੈਕਟ ਸੋਹਣਾ ਹੋਵੇ ਜ਼ਰੂਰ ਕਰਾਂਗੇ, ਪਰ ਏਦਾਂ ਨਹੀਂ ਕਿ ਮੈਂ ਬਹੁਤ ਦੂਰ ਅਮਰੀਕਾ ਇਸੇ ਵੀਜ਼ਾ ਹੀ ਕੱਟ ਲੱਗਦਾ, ਅਮਰੀਕਾ ਵਾਲੇ ਪੈਸੇ ਨਹੀਂ ਵੀਜ਼ਾ ਦਿੰਦੇ, ਨਹੀਂ ਦਿੰਦੇ, ਉਹ ਤਾਂ ਵੇਟਿੰਗ ਇੰਨੀ ਜ਼ਿਆਦਾ, 2 ਸਾਲ ਦੀ ਉਸੇ ਕਹਿੰਦੇ ਅਪਾਇੰਟਮੈਂਟ ਮਿਲਦੀ ਹੈ, ਪਰ ਮੈਂ ਤਾਂ ਜਾ ਸਕਦੀ ਹਾਂ ਨਾ ਇੰਡੀਆ, ਮੈਂ ਸਾਰੀ ਕਿਤੇ ਜਾ ਸਕਦੀ ਹਾਂ। ਬਿਲਕੁਲ ਸਹੀ ਕਿਹਾ, ਪਰ ਇਹਨਾਂ ਸਾਰੇ ਕਿਰਦਾਰਾਂ ਦੇ ਵਿੱਚ ਜਿੰਨੇ ਕਿਰਦਾਰ ਤੁਸੀਂ ਨਿਭਾਏ ਨੇ ਇਹਨਾਂ ਫਿਲਮਾਂ ਦੇ ਵਿੱਚ, ਇਹ ਚੋਂ ਸਭ ਤੋਂ ਵਧੀਆ, ਸਭ ਤੋਂ ਦਿਲ ਦੇ ਨੇੜੇ ਤੁਹਾਡੇ ਕਿਹੜਾ ਕਿਰਦਾਰ ਹੈ? ਨਸੀਬੋ। ਨਸੀਬੋ ਉਹ ਇੱਕ 14-15 ਸਾਲ ਦੀ ਕੁੜੀ ਦਾ ਕਿਰਦਾਰ ਸੀ, ਮੈਂ ਵੀ 14-15 ਸਾਲ ਦੀ ਸੀ ਉਦੋਂ। ਉਹ ਜਿਵੇਂ ਉਹਦੇ ਨਾਲ ਹੁੰਦਾ ਵਾ, ਪੁੱਠੇ ਬੰਦੇ ਦੇ ਚੱਕਰ ਪੈ ਜਾਂਦੀ ਹੈ, ਬੰਬੇ ਉਹਨੂੰ ਭਜਾ ਕੇ ਲੈ ਜਾਂਦਾ ਜਿਵੇਂ ਆਪਾਂ ਕਹਿੰਦੇ ਹਾਂ, ਹੈ ਨਾ, ਉੱਥੇ ਕੁੜੀ ਨਾਲ ਕਿੰਨਾ ਬੁਰਾ ਹੁੰਦਾ ਵਾ, ਕਿੰਨਾ ਉਹ ਤਰਸਦੀ ਹੈ, ਫਿਰ ਐਂਡ 'ਚ ਉਹ ਸੁਸਾਈਡ ਕਰ ਲੈਂਦੀ ਹੈ। ਤਾਂ ਮੇਰੇ ਖਿਆਲ ਨਸੀਬੋ ਦੀ ਕਹਾਣੀ, ਉਹਦਾ ਪੂਰਾ ਕਿਰਦਾਰ ਮੇਰੇ ਦਿਲ ਦੇ ਸਭ ਤੋਂ ਕਰੀਬ ਹੈ। ਐਂਡ ਉਹ ਐਕਚੁਲੀ ਉਹਨੇ ਬਹੁਤ ਸਾਰੀਆਂ ਕੁੜੀਆਂ ਨੂੰ ਸਿਖਾਇਆ ਵੀ ਕਿ ਐਵੇਂ ਮਗਰ ਨਾ ਲੱਗੋ, ਤਾਂ ਮੈਂ ਹੁਣ ਵੀ ਕਹਿੰਦੀ ਹਾਂ ਐਵੇਂ ਨਾ ਮਗਰ ਲੱਗੋ ਮੁੰਡਿਆਂ ਦੇ, ਨਹੀਂ, ਤੁਸੀਂ ਆਪਣੇ ਪਰਿਵਾਰ ਦਾ ਧਿਆਨ ਰੱਖੋ, ਆਪਦੀ ਪੜ੍ਹਾਈ ਦਾ ਧਿਆਨ ਰੱਖੋ, ਅਨਨੈਸੈਸਰੀ ਭਵਿੱਖ ਬਾਰੇ ਸੋਚੋ। ਨਹੀਂ, ਉਹ ਅੱਛਾ ਸੀਗਾ ਕਿ ਮੈਨੂੰ ਨਸੀਬੋ ਦੇ। ਇੱਕ ਹੋਰ ਗੱਲ ਆ ਵੀ ਜਦੋਂ ਚਲੋ ਤੁਸੀਂ ਆਪ ਫਿਲਮਾਂ ਤੋਂ ਥੋੜਾ ਜਿਹਾ ਕਿਨਾਰਾ ਕਰ ਲਿਆ, ਪਰ ਇਹ ਪਰ ਜਿਵੇਂ ਬਹੁਤ ਸਾਰੀਆਂ ਕੁੜੀਆਂ ਅੱਜ ਕੱਲ੍ਹ ਐਸੀਆਂ ਪੰਜਾਬੀ ਫਿਲਮਾਂ ਦੇ ਵਿੱਚ ਸਰਮੌਰ ਹੀਰੋ ਨੇ ਜਿਹੜੀਆਂ, ਉਹਨਾਂ ਨੇ ਆਪਣਾ ਪ੍ਰੋਡਕਸ਼ਨ ਹਾਊਸ ਬਣਾ ਲਿਆ, ਆਪਦੀ ਕੰਪਨੀ ਬਣਾ ਲਈ, ਉਹ ਆਪ ਅੱਜ ਕੱਲ੍ਹ ਫਿਲਮਾਂ ਦੇ ਉੱਤੇ ਪੂੰਜੀ ਨਿਵੇਸ਼ ਕਰਦੀਆਂ,
ਤੁਹਾਡਾ ਨਹੀਂ ਚਿੱਤ ਕੀਤਾ ਵੀ ਭਾਈ 2-4-5 ਫਿਲਮਾਂ ਆਈ ਚੱਕ ਦਗੇ ਯੂ ਆਰ ਪ੍ਰੋਡਿਊਸਰ ਬਣ ਗਿਆ ਮੈਂ ਇਵੈਂਟ ਪ੍ਰੋਡਿਊਸਰ ਮੈਂ ਉਹੀ ਮੈਂ ਸੋਚਿਆ ਕਿ ਫਿਲਮਾਂ ਨਹੀਂ ਮੈਂ ਇਵੈਂਟ ਪ੍ਰੋਡਿਊਸ ਕਰਾਂ ਅੱਗੇ ਚੱਲ ਕੇ ਕਰਾਂਗੇ ਫਿਲਮਾਂ ਵੀ ਕਰ ਲਾਂਗੇ ਵੈਬ ਸੀਰੀਜ਼ ਵੀ ਕਰਾਂਗੇ ਬਟ ਡੈਫੀਨਿਟਲੀ ਇਵੈਂਟ ਪ੍ਰੋਡਿਊਸਰ ਬਣਾ ਤੇ ਤਾਂ ਕਿ ਵੀ ਆਪਾਂ ਕੁੜੀਆਂ ਦਾ ਫਾਇਦਾ ਕਰ ਸਕੀਏ ਮੇਰਾ ਸਿਰਫ ਇਹ ਗੋਲ ਹੈਗਾ ਕਿ ਵੱਧ ਤੋਂ ਵੱਧ ਕੁੜੀਆਂ ਕੌਨਫੀਡੈਂਟ ਹੋਣ ਇੰਪਾਵਰਡ ਹੋਣ ਐਜੂਕੇਟਿਡ ਹੋਣ ਤਾਂ ਕਿ ਉਹ ਵਧੀਆ ਤਰੱਕੀ ਕਰਨ ਲਾਈਫ 'ਚ ਸਿਰਫ ਇਹੀ ਨਾ ਹੋਵੇ ਕਿ ਉਹ ਯੂ ਨੋ ਘੰਟੇ ਦੀ ਜੋਬ ਹੀ ਕਰੀ ਜਾਂਦੀਆਂ ਨੇ तारीफ भी मिलती है कई बार थोड़ा जा तारीफ तो उल्ट भी गल्ला सुननिया पैंदियां ने हैना कदे कोई इहो जा वाकया घटिया होवे जिहड़ा थोड़े दिल नू छू गया होवे चाहे वह आपां सकारात्मक वाले पासे लै लईए या नकारात्मक वाले पासे लै लईए कोई कदे इहो जी गल जिहड़ी सदा ही चेते रहूगी कोई ऐसी गल फिल्मी खेतर च सफर कर लिया भी जिहना मन उडू उडू करदा होवे ते कोई ऐसी गल जिहदे करके मतलब साडी नूह एह जी होवे साडी कुड़ी एह जी होवे ओह मैनू बहुत अच्छा लगदा सुन के इवन ओल्डर जदो मैनू मिलदे ने हैना बाबा जी हुण कहिंदे ओहो बेटे असीं देखियो ओहो एह जी साडी धी राणी ओहो ओहदा मैनू बहुत अच्छा लगदा सुन के कि ओल्डर जनरेशन साडे किरदारां नूं किन्ना ज़्यादा उहनां नाल जुड़दी है और जिहड़ी बुरी चीज़ ओह तां हुंदी ही रहिंदी है ओह तां लोक नहीं कोई ऐसी चीज़ जिहड़ी बहुत हाले भी तंग करदी होवे भी मैनू इक वार सुणन नूं मिलिया किसे बारे या तुहानूं किसे ने तरक्की ना करन जो मैं प्रोग्राम लीक दी लेडीज हुंदा वा मैं एक फीमेल हां मैं फीमेल्स दी तरक्की लई करदी हां तो कई हुंदे जिहड़े खड़े हो जांदे कि नहीं जी तुसीं आ नहीं कर सकदे नहीं जी तुसीं इह नहीं करना ਉਹ ਹੋਇਆ ਬਿਲਕੁਲ ਹੋਇਆ ਹੁੰਦਾ ਵੀ ਹੈ ਹੁਣ ਵੀ ਹੁੰਦਾ ਤਾਂ ਉਹ ਚੱਲਦੇ ਰਹਿਣਾ ਵਾ ਤੁਹਾਡੇ ਆਪਣੀ ਲਾਈਫ 'ਚ ਨਾ ਕੁਛ ਅਗੇਂਸਟ ਆਉਂਦਾ ਹੀ ਰਹਿਣਾ ਵਾ ਕਦੇ ਹੋ ਨਹੀਂ ਸਕਦਾ ਕਿ ਸਾਰੀ ਦੁਨੀਆ ਬਹੁਤ ਪਸੰਦ ਕਰੇ ਔਰ ਇਹ ਜਿਹੜੇ ਕੈਰੇਕਟਰਸ ਹੁੰਦੇ ਨੇ ਜਿਹੜੇ ਵਿਰੋਧ ਕਰਦੇ ਨੇ ਸਪੈਸ਼ਲੀ ਔਰਤਾਂ ਦੀ ਤਰੱਕੀ ਦੇ ਅਗੇਂਸਟ ਉਹ ਨਾ ਛੱਡੇ ਹਨ ਤੁਹਾਨੂੰ ਖਰਾਬ ਲੱਗਦਾ ਵੀ ਇਹੀ ਲੋਕ ਨੇ ਜਿੰਨਾ ਕਰਕੇ ਸਾਡੀ ਕਮਿਊਨਿਟੀ ਉਨੀ ਤਰੱਕੀ ਨਹੀਂ ਕਰ ਰਹੀ ਜਿੰਨੀ ਕਰਨੀ ਚਾਹੀਦੀ ਹੈ ਕਿਉਂਕਿ ਮੈਂ ਪੰਜਾਬਣ ਆ ਔਰ ਮੇਰੀ ਇਹ ਮੇਰੀ ਮਾਂ ਬੋਲੀ ਹੈ ਤੇ ਮੈਂ ਚਾਹੁੰਦੀ ਹਾਂ ਕਿ ਜੇ ਮੈਂ ਆਪਦੀ ਕਲਾ ਕਰਨੀ ਹੈ ਤਾਂ ਮੈਂ ਪੰਜਾਬੀ ਫਿਲਮਾਂ ਕਰਾਂ ਜੀ ਤੇ ਕਦੇ ਕਿਸੇ ਫਿਲਮ ਨੂੰ ਨਾ ਕਰਨ ਦਾ ਜਾਂ ਕਿਸੇ ਕਿਰਦਾਰ ਨੂੰ ਠੁਕਰਾਉਣ ਦਾ ਕਦੇ ਅਫਸੋਸ ਵੀ ਹੋਇਆ ਵੀ ਆ ਗਲਤ ਫੈਸਲਾ ਸੀ ਜੇ ਮੈਂ ਕਰ ਲੈਂਦੀ ਤਾਂ ਸ਼ਾਇਦ ਹੋਰ ਵਧੀਆ ਸੱਤ ਤਾਂ ਕਰ ਲਈਆਂ ਕਈਆਂ ਨੂੰ ਨਾ ਵੀ ਕੀਤੀ ਹੋਣੀ ਹੈ ਹਾਂਜੀ ਜਿਨ੍ਹਾਂ ਨੂੰ ਨਾ ਕੀਤੀ ਉਹਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਨਾ ਕਰਨ ਦਾ ਅਫਸੋਸ ਆ ਵੀ ਇਹ ਤਾਂ ਬਹੁਤ ਚੱਲ ਗਈ ਸੀ ਫਿਲਮ ਹਾਂ ਵੀ ਇਹ ਮੈਨੂੰ ਕਰਨੀ ਚਾਹੀਦੀ ਸੀ ਪਰ ਮੈਨੂੰ ਜ਼ਿੰਦਗੀ 'ਚ ਕਿਸੇ ਚੀਜ਼ ਦਾ ਕਦੇ ਅਫਸੋਸ ਨਹੀਂ ਹੋਇਆ ਆਪਾਂ ਕੀਤਾ ਨਹੀਂ ਕਦੇ ਅਫਸੋਸ ਜੋ ਹੋ ਗਿਆ ਹੋ ਗਿਆ ਵੈਸੇ ਨਾ ਕਿੰਨੀਆਂ ਕੁ ਫਿਲਮਾਂ ਨੂੰ ਕੀਤੀ ਅੰਦਾਜ਼ਾ 19 ਦੇਖੋ ਪੰਜਾਬ ਚ ਗਾਣਾ ਗਾਉਣਾ ਹਾਂ ਹੀਰੋ ਬਣਨਾ ਹਾਂ ਮੈਨੂੰ ਨਾ ਸਗੋਂ ਮੈਸੇਜ ਆਉਂਦੇ ਨੇ ਜੇ ਅਸੀਂ ਗਾਓ ਅਸੀਂ ਤੁਹਾਡਾ ਗਾਣਾ ਰਿਕਾਰਡ ਕਰਦੇ ਹਾਂ ਅਸੀਂ ਵੀਡੀਓ ਸ਼ੂਟ ਕਰਦੇ ਹਾਂ ਤੁਹਾਡੇ ਗਾਣਾ ਰਿਕਾਰਡ ਕਰਦੇ ਹਾਂ ਮਟਰ ਕੈਸੇ ਡਾਲ ਦੀ ਐਡੀ ਖਤਰਨਾਕ ਹਿੰਦੀ ਤਾਂ ਉਹਦੇ ਚ ਵੀ ਨੀ ਹੁੰਦੀ ਇੱਕ ਵਾਰੀ ਮਾੜਾ ਜਿਹਾ ਕੁਛ ਕਿਹਾ ਹੋਵੇ ਤਿੰਨ ਚਾਰ ਵਾਰੀ ਦਿਖਾਉਂਦੇ ਆ ਨਹੀਂ ਮੇਰਾ ਕਦੇ ਦਿਲ ਉਹਦਾ
ਉਹਨੇ ਚ ਇੱਕ ਵੀ ਚੀਜ਼ ਕਰਨ ਦਾ ਦਿਲ ਨਹੀਂ ਕੀਤਾ ਓ ਨੋ ਮੇਰਾ ਇਹ ਐਟ ਦ ਮੋਸਟ ਜੀ ਕੀਤਾ ਹੋਣਾ ਵੀ ਇਹ ਜਿਹੇ ਸੀਰੀਅਲ ਬੈਨ ਹੋ ਜਾਣੇ ਚਾਹੀਦੇ ਜਿੱਥੇ ਸੱਸਾਂ ਲੜੀ ਜਾਂਦੀਆਂ ਨੂੰਹਾਂ ਨਾਲ ਨਾਲੇ ਉਹ ਜਨਾਨੀਆਂ ਉਹ ਕੀ ਕਰੀ ਜਾਂਦੇ ਉਹ ਚਾਲਾਂ ਚੱਲੀ ਜਾਂਦੀਆਂ ਨੇ ਇਹ ਕਿਹੋ ਜਿਹੀ ਚੀਜ਼ਾਂ ਦਿਖਾਉਂਦੇ ਸੱਚੀ ਮੁੱਚੀ ਬੜਾ ਤਕੜਾ ਕੰਮ ਚੱਲਦਾ ਬਹੁਤ ਵਧੀਆ ਜਦੋਂ ਸੈਰ ਕਰਨ ਪਾਰਕ ਦੇ ਵਿੱਚ ਤੇ ਉੱਥੇ ਪੰਜ ਸੱਤ ਬੀਬੀਆਂ ਉਹ ਐਂ ਕਰਦੀਆਂ ਵੀ ਉਹ ਰੰਜਨਾ ਤੋਂ ਐਸੇ ਕਰਦੀ ਹੈ ਨਾ ਇਹ ਸ਼ਰੂਤੀ ਵੀ ਤੋਂ ਐਸੇ ਕਰਦੀ ਹੈ ਨਾ ਇਹ ਯਾਚਿਕਾ ਕੋ ਤੋ ਮੈਂ ਛੋੜੂੰਗੀ ਨਹੀਂ ਐਂ ਕਰ ਦਿੰਦਾ ਮੈਂ ਸੋਚਦੀ ਹਾਂ ਵੀ ਹੈ ਨਾ ਮੀਡੀਆ ਇੰਨਾ ਸਿਖਾ ਸਕਦਾ ਚੱਜ ਦੀਆਂ ਚੀਜ਼ਾਂ ਸਿਖਾਇਆ ਕਰੇ ਪੁੱਠੀਆਂ ਚੀਜ਼ਾਂ ਸਿਖਾ ਸੁਰਬੀ ਬਹਿਨ ਤਾਂ ਬਹੁਤ ਅੱਛੀ ਹੈ ਨਾ ਓਹੋ ਇਹਨਾਂ ਨੂੰ ਪੱਕਾ ਰੋਲ ਚਾਹੀਦਾ ਮੇਰਾ ਖਬਰ ਦੀ ਖਬਰ ਪ੍ਰੋਗਰਾਮ ਕੀ 22 ਮਿੰਟ ਦਾ ਹੁੰਦਾ ਮੈਂ ਬਾਈਆਂ ਤੋਂ ਬਾਅਦ ਹੀ ਰੁਕਦਾ ਮੈਂ 22 ਮਿੰਟ ਕਿਸੇ ਨੂੰ ਹੋਰ ਨੂੰ ਨੀ ਬੋਲਣ ਦੇਣਾ ਪਰ ਚਲੋ ਇਸ ਖੇਤਰ ਦੇ ਵਿੱਚ ਜਿਹੜੀਆਂ ਹੋਰ ਕੁੜੀਆਂ ਆਉਣਾ ਚਾਹੁੰਦੀਆਂ ਨੇ ਚਾਹੇ ਉਹ ਮੁਕਾਬਲਿਆਂ ਦੀ ਆਪਾਂ ਗੱਲ ਕਰ ਲਈਏ ਚਾਹੇ ਉਹ ਫਿਲਮੀ ਦੁਨੀਆਂ ਦੀ ਗੱਲ ਕਰ ਲਈਏ ਉਹਨਾਂ ਨੂੰ ਜੇ ਕੋਈ ਸੁਨੇਹਾ ਦੇਣਾ ਚਾਹੋ ਤਾਂ ਇੱਕ ਤਾਂ ਨਾ ਸਾਡੇ ਮੁਕਾਬਲੇ ਜਿਹੜੇ ਹੈਗੇ ਨੇ ਇਹਨਾਂ ਦੇ ਵਿੱਚ ਡਾਕਟਰਸ ਪਾਰਟੀਸਪੇਟ ਕਰਦੀਆਂ ਲਾਇਰਸ ਕਰਦੀਆਂ ਨੇ ਜਿਹੜੀਆਂ ਇਹ ਜ਼ਰੂਰੀ ਨਹੀਂ ਕਿ ਇਹ ਸਾਰੀਆਂ ਨੇ ਮੂਵੀਜ਼ ਕਰਨੀਆਂ ਨੇ ਇਹ ਵਾਲੀਆਂ ਨਹੀਂ ਇਹ ਓਵਰਆਲ ਅਸੀਂ ਚਾਹੁੰਦੇ ਹਾਂ ਵੀ ਸਾਰਾ ਸਾਰੀਆਂ ਆਉਂਦੀਆਂ ਨੇ ਬਿਲਕੁਲ ਐਂਡ ਜਿਹੜੀ ਸਟੱਡੀ ਕਰ ਰਹੀਆਂ ਨੇ ਕੁੜੀਆਂ ਉਹ ਵੀ ਆਉਂਦੀਆਂ ਤੇ ਕੀ ਕੁਐਸਚਨ ਕੀ ਸੀ ਆਪਣਾ ਵੀ ਹੋਰ ਜਿਹੜੀਆਂ ਕੁੜੀਆਂ ਇਸ ਖੇਤਰ ਚ ਆਉਣਾ ਚਾਹੁੰਦੀਆਂ ਨੇ ਉਹਨਾਂ ਲਈ ਕੋਈ ਸੁਨੇਹਾ ਵੀ ਉਹਨਾਂ ਨੂੰ ਕਿਹੋ ਜਿਹੀ ਤਿਆਰੀ ਕਰਕੇ ਤੇ ਇਸ ਖੇਤਰ ਚ ਆਉਣਾ ਚਾਹੀਦਾ ਸੁਨੇਹਾ ਇੱਕ ਤਾਂ ਇਹੀ ਹੈਗਾ ਕਿ ਹਮੇਸ਼ਾ ਚੰਗੀ ਟੀਮ ਨਾਲ ਹੀ ਕੰਮ ਕਰੋ ਤੁਸੀਂ ਇਹ ਤੁਹਾਡੇ ਬਸ 'ਚ ਹੈਗਾ ਤੁਸੀਂ ਕਿਹਦੇ ਨਾਲ ਕੰਮ ਕਰਨਾ ਕਿਹਦੇ ਨਾਲ ਨਹੀਂ ਕਰਨਾ ਉਹਨੂੰ ਕਦੇ ਤੁਸੀਂ ਕਿਸੇ ਚੀਜ਼ ਦੇ ਮੁਹਤਾਜ ਨਾ ਹੋਵੋ ਮਤਲਬ ਤੁਸੀਂ ਕੰਮ ਆਪਣੇ ਹਿਸਾਬ ਨਾਲ ਚੰਗੇ ਲੋਕਾਂ ਨਾਲ ਕਰੋ ਜਿਹੋ ਜਿਹੇ ਲੋਕਾਂ ਨਾਲ ਕੰਮ ਕਰੋਗੇ ਉਹੋ ਜਿਹੀ ਤੁਹਾਡੀ ਪਰਸਨੈਲਿਟੀ ਓਦਾਂ ਦੇ ਤੁਹਾਡੇ ਅੱਗੇ ਤੁਹਾਨੂੰ ਕੰਮ ਵੀ ਵਧੀਆ ਮਿਲੂਗਾ ਜੀ ਬਿਲਕੁਲ ਬਹੁਤ ਵਧੀਆ ਤੇ ਜੇ ਮੰਨ ਲਓ ਹੁਣ ਤੁਸੀਂ 29 ਤਰੀਕ ਨੂੰ ਇਹ ਲਾਸ ਏਂਜਲਸ ਦੇ ਵਿੱਚ ਮੁਕਾਬਲਾ ਰੱਖਿਆ ਤੇ ਇਹ ਤੁਸੀਂ ਜਿਹੜੀਆਂ ਅਰਜ਼ੀਆਂ ਇਹ ਅਮਰੀਕਾ ਜਾਂ ਕੈਨੇਡਾ ਵਾਲੀਆਂ ਕੁੜੀਆਂ ਦੀਆਂ ਲੈ ਰਹੇ ਹੋ ਜੇ ਮੰਨ ਲਓ ਕਿਸੇ ਨੇ ਪੰਜਾਬ ਦੇ ਵਿੱਚੋਂ ਮੌਕਾ ਲੈਣਾ ਹੋਵੇ ਤੇ ਫਿਰ ਉਹ ਕਿਵੇਂ ਆਉਣਗੀਆਂ ਹਾਲੇ ਤੱਕ ਸਾਡੇ ਕੋਲ ਪੰਜਾਬ ਤੋਂ ਬਹੁਤ ਆਉਣ ਲਈ ਐਪਲੀਕੇਸ਼ਨ ਹੈਗੀਆਂ ਨੇ ਪਰ ਅਸੀਂ ਪੰਜਾਬ ਤੋਂ ਨਹੀਂ ਬੁਲਾ ਸਕਦੇ ਵੀਜ਼ੇ ਦੇ ਕਾਰਨ ਨਹੀਂ ਓਵਰਆਲ ਹੀ ਕਿਉਂਕਿ ਆਪਣੀਆਂ ਇਹਨਾਂ ਦੇਸ਼ਾਂ ਵਿੱਚ ਇਨਫ ਲੜਕੀਆਂ ਨੇ ਜੋ ਕਿ ਕਰਨਾ ਚਾਹੁੰਦੀਆਂ ਔਰ ਵੀਜ਼ੇ ਦੇ ਕਾਰਨ ਭਵਿੱਖ ਦੇ ਵਿੱਚ ਕਿਤੇ ਪੰਜਾਬ ਦੇ ਵਿੱਚ ਵੀ ਇਹੋ ਜਿਹਾ ਕੁਝ ਕਰਨ ਬਾਰੇ ਸੋਚਦੇ ਸ਼ਾਇਦ ਦੇਖਾਂਗੇ ਹਾਲੇ ਕੋਈ ਡਿਸਾਈਡ ਨਹੀਂ ਕੀਤਾ ਹਜੇ ਮੈਂ ਸੋਚਦੀ ਇੱਥੇ ਸੋਹਣੀ ਤਰ੍ਹਾਂ ਕਰੀਏ ਔਰ ਕਰਦੇ ਵੀ ਬਹੁਤ ਖੂਬ ਤੇ ਬਾਕੀ ਤੇ ਚੱਜ ਦਾ ਵਿਚਾਰ ਦੇਖਣ ਦਾ ਮੌਕਾ ਲੱਗ ਜਾਂਦਾ ਕਦੇ ਕਦੇ ਹਮੇਸ਼ਾ ਸਾਡੇ ਘਰ ਚੱਜ ਦਾ ਵਿਚਾਰ ਹਮੇਸ਼ਾ ਚੱਲਦਾ ਰਹਿੰਦਾ ਮੇਰੇ ਮੰਮੀ ਸਭ ਤੋਂ ਵੱਡੇ ਫੈਨ ਆ ਕਮਲਜੀਤ ਕੌਰ ਆ ਉਹਨਾਂ ਦਾ ਨਾਂ ਉਹ ਤੁਹਾਡੇ ਦੋਹਾਂ ਦੇ ਬਹੁਤ ਵੱਡੇ ਫੈਨ ਜੀ ਤੇ ਸਾਡੇ ਵੱਲੋਂ ਉਹਨਾਂ ਨੂੰ ਪਿਆਰ ਭਰੀ ਸਤਿਕਾਰ ਥੈਂਕ ਯੂ ਤੇ ਬਿਲਕੁਲ ਚੱਜ ਦਾ ਵਿਚਾਰ ਅਸੀਂ ਹਮੇਸ਼ਾ ਦੇਖਦੇ ਹਾਂ ਔਰ ਤੁਸੀਂ ਬਹੁਤ ਮਿਹਰਬਾਨੀ ਜੇ ਕੋਈ ਵੀ ਪੰਜਾਬੀ ਫਿਲਮ ਦੇ ਵਿੱਚ ਮੌਕਾ ਮਿਲੇ ਮੇਰੇ ਵਰਗੇ ਬੰਦੇ ਨੇ ਤਾਂ ਮੈਨੂੰ ਦੱਸਿਓ ਤੁਹਾਡੇ ਤਾਂ ਮੌਕੇ ਹੀ ਮੌਕੇ ਤੁਸੀਂ ਗੱਲ ਕਰੋ ਆਪਾਂ ਹੁਣੇ ਫਿਲਮਾਂ ਬਣਾਉਣੀਆਂ ਸ਼ੁਰੂ ਕਰਦੇ ਹਾਂ ਹੁਣ ਤੁਹਾਡੀ ਗੱਲਬਾਤ ਨਾਲ ਹੁਣ ਪਤਾ ਲੱਗੇ ਵੀ ਪ੍ਰੋਡਕਸ਼ਨ ਹਾਊਸ ਵੀ ਖੋਲ ਲਈਏ ਫਿਲਮਾਂ ਵੀ ਬਣਾਈਏ ਤੁਹਾਨੂੰ ਉਸ ਰੋਲ ਜ਼ਰੂਰ ਦਈਏ ਡੈਫੀਨਿਟਲੀ ਬਾਰੋ ਬਾਰੀ ਜੀ ਆਇਆਂ ਨੂੰ ਭਾਗ ਦੂਜਾ ਕਰ ਦੇਣਾ ਆਪਾਂ ਮਹਿਮਾਨ ਹੋਰਾਂ ਨੂੰ ਪਤਾ ਵੀ ਲੱਗਣ ਦੇਣਾ ਐਗਜ਼ੈਕਟਲੀ ਠੀਕ ਹੈ ਡਨ ਕੋਈ ਨਹੀਂ ਬਾਈ ਜੀ ਨੂੰ ਮੈਂ ਦੱਸੂ ਹਾਂ ਮਨ ਸਾਹਿਬ ਦੇ ਦਵਾਲ ਜੀ ਬਿਲਕੁਲ ਸੋ ਬਹੁਤ ਚੰਗਾ ਲੱਗਿਆ ਤੁਹਾਡਾ ਗੱਲ ਬਾਤ ਕਰਕੇ ਸੁਣ ਲਿਓ ਤੁਸੀਂ ਕੀ ਕਰ ਰਹੇ ਹੋ ਸੁਣ ਲਿਓਗੇ ਬਹੁਤ ਚੰਗਾ ਲੱਗਿਆ ਤੁਹਾਡਾ ਗੱਲਾਂ ਬਾਤਾਂ ਕਰਕੇ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਚ ਰਹੋ ਤੁਸੀਂ ਜ਼ਿੰਦਾਬਾਦ ਰਹੋ ਤੁਸੀਂ ਸੱਚੀ ਮੁੱਚੀ ਬਹੁਤ ਸੋਹਣਾ ਕੰਮ ਕੀਤਾ ਫਿਲਮਾਂ ਚ ਹੋਰ ਵੀ ਕਰਦੇ ਰਹੋ ਤੇ ਜਿਹੜਾ ਮੁਕਾਬਲਾ ਤੁਸੀਂ ਰਚਾ ਰਹੇ ਇਹ ਵੀ ਸਿਰੇ ਲੱਗ ਜੇ ਇਹਦੀ ਕਾਮਨਾ ਕਰਦੇ ਥੈਂਕ ਯੂ ਜੀ ਤੁਹਾਡੇ ਦੋਵਾਂ ਨਾਲ ਗੱਲਾਂ ਕਰਕੇ ਬਹੁਤ ਹੀ ਵਧੀਆ ਲੱਗਾ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਇਓ ਤੇ ਨੰਦ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਜੱਜ ਦਾ ਵਿਚਾਰ